ਸਤਿ ਸ਼੍ਰੀ ਅਕਾਲ ਜਸ ਬ੍ਰੌਡਕਾਸਟਿੰਗ ਦੇ ਸਾਰੇ ਦਰਸ਼ਕਾਂ ਦਾ ਮੈਂ ਸੁਰਿੰਦਰ ਸਿੰਘ ਪ੍ਰੋਗਰਾਮ ਟਾਕਿੰਗ ਪੰਜਾਬ ਦੇ ਵਿੱਚ ਸਵਾਗਤ ਕਰਦਾ। ਅੱਜ ਅਸੀਂ ਮਿੰਟੂ ਬਰਾੜ ਦੇ ਨਾਲ ਗੱਲ ਕਰਾਂਗੇ। ਮਿੰਟੂ ਬਰਾੜ ਇੱਕ ਅਜਿਹਾ ਸ਼ਖਸ ਹੈ, ਆਸਟ੍ਰੇਲੀਆ ਰਹਿੰਦਾ ਪਿਛਲੇ ਕਈ ਸਾਲਾਂ ਤੋਂ, ਪਰ ਉੱਥੇ ਰਹਿ ਕੇ ਜਿਹੜੀਆਂ ਦੁਸ਼ਵਾਰ ਹਾਲਤਾਂ ਦੇ ਵਿੱਚ ਮਿਹਨਤ ਮੁਸ਼ਕਤ ਕਰਨ ਦੇ ਨਾਲ ਨਾਲ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਪੰਜਾਬੀ ਮਾਂ ਬੋਲੀ ਦੇ ਨਾਲ ਉਹ ਕਾਫੀ ਕੁਝ ਅਜਿਹੇ ਯਤਨ ਵੀ ਕਰ ਰਿਹਾ ਜਿਸ ਦੇ ਨਾਲ ਆਪਣਾ ਵਿਰਸਾ ਅਤੇ ਆਪਣਾ ਸੱਭਿਆਚਾਰ ਜਿਹੜਾ ਹੈ ਵੱਖ ਵੱਖ ਮੁਲਕਾਂ ਦੇ ਵਿੱਚ ਪ੍ਰਫੁੱਲਿਤ ਹੋਵੇ ਅਤੇ ਪੰਜਾਬੀਅਤ ਦੇ ਅਤੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਜੌਹਰ ਨੇ, ਸਾਡੇ ਜੁੱਸੇ ਨੇ, ਸਾਡੇ ਆਪਣੇ ਕਿੱਸੇ ਬਣੇ ਹੋਏ ਨੇ, ਉਹਨਾਂ ਦੀ ਨਾਲ ਨਾਲ ਗੱਲ ਵੀ ਚੱਲੇ। ਸੋ ਮਿੰਟੂ ਬਰਾੜ ਦੇ ਨਾਲ ਅਸੀਂ ਜ਼ਿਆਦਾ ਜਿਵੇਂ ਜਿਵੇਂ ਅਸੀਂ ਗੱਲ ਕਰਾਂਗੇ ਉਵੇਂ ਤੁਹਾਨੂੰ ਪਤਾ ਚੱਲਦਾ ਜਾਏਗਾ। ਦੇਖਣ ਲਈ ਸਾਡੇ ਵਾਂਗੂ ਇੱਕ ਸਧਾਰਨ ਹੈ, ਪਰ ਉਹ ਗੈਰ ਸਧਾਰਨ ਬੰਦਾ ਮਿੰਟੂ ਬਰਾੜ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਜੀ, ਅਤੇ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਇੱਕ ਅੰਤਰਰਾਸ਼ਟਰੀ ਪੱਧਰ ਦੇ ਪਲੇਟਫਾਰਮ ਦੇ ਉੱਤੇ ਇੰਟਰੋਡਿਊਸ ਕਰ ਰਹੇ ਹੋ ਅੱਜ, ਅਤੇ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇ ਰਹੇ ਹੋ, ਬੜਾ ਚੰਗਾ ਲੱਗ ਰਿਹਾ। ਹੱਦਾਂ ਬੰਨੇ ਟੱਪ ਗਏ। ਓ ਵਾਹ ਜੀ ਵਾਹ, ਬਿਲਕੁਲ ਹਾਂਜੀ। ਅਤੇ ਇੱਦਾਂ ਗੱਲ ਕਿ ਤੁਸੀਂ ਵੈਸੇ ਤਾਂ ਵੱਖ ਵੱਖ ਜਿਹੜੇ ਤੁਹਾਡੇ ਕਾਰਜ ਨੇ ਉਹਨਾਂ ਦੇ ਨਾਲ ਜੁੜੇ ਹੋਏ ਹੋ ਜੀ। ਰੇਡੀਓ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਚੱਲਦਾ ਅਤੇ ਉਹਦੇ ਸੰਚਾਲਕਾਂ 'ਚੋਂ ਤੁਸੀਂ ਇੱਕ ਹੋ ਜੀ। ਪੰਜਾਬੀ ਅਖਬਾਰ ਹੈ ਤੁਸੀਂ ਚਲਾ ਰਹੇ ਹੋ, ਬਹੁਤ ਨਿਧੜਕਤਾ ਨਾਲ ਉੱਥੇ ਚਲਾ ਰਹੇ ਹੋ ਅਤੇ ਖਰਚੇ ਕਰਨੀ ਹੋ ਵੀ ਤੁਸੀਂ ਕਾਫੀ ਮੁਸ਼ਕਤ ਕਰਨੀ ਪੈਂਦੀ ਹੈ ਤੁਹਾਨੂੰ, ਪਰ ਉਹ ਨਿਰਵਿਘਨ ਚੱਲ ਰਿਹਾ। ਅਤੇ ਇੱਕ ਤੁਸੀਂ ਮੈਗਜ਼ੀਨ ਹੈ ਪੰਜਾਬੀ ਦਾ ਉੱਥੇ, ਜਿਹੜਾ ਆਸਟ੍ਰੇਲੀਆ ਦਾ ਜਿਹੜਾ ਅਸੀਂ ਇਲੀਟ ਮੈਗਜ਼ੀਨ ਨੇ ਜਿਹੜੇ ਉੱਥੇ ਵਧੀਆ ਮੈਗਜ਼ੀਨ ਨੇ ਪ੍ਰੀਮੀਅਰ, ਉਹਨਾਂ ਦੇ ਵਿੱਚ ਗਿਣ ਸਕਦੇ ਹਾਂ ਉਹਨੂੰ, ਕੂਕਾਪੁਰਾ। ਅਤੇ ਜਿਵੇਂ ਵੱਖ ਵੱਖ ਜਿਹੜੇ ਲੋਕ ਨੇ ਆਪਣਾ ਸਫ਼ਰਨਾਮਾ ਲਿਖਦੇ ਨੇ, ਕੋਈ ਆਪਣਾ ਆਪਣੀ ਆਟੋਬਾਇਓਗ੍ਰਾਫੀ ਲਿਖਦੇ ਨੇ, ਤੁਸੀਂ ਕੰਗਾਰੂਨਾਮਾ ਲਿਖਿਆ ਅਤੇ ਮੈਂ ਪੜ੍ਹੀ ਕਿਤਾਬ, ਬਹੁਤ ਖੂਬਸੂਰਤ ਤੁਸੀਂ ਉਸਨੂੰ ਸ਼ਬਦ ਦਿੱਤੇ ਨੇ ਅਤੇ ਬਹੁਤ ਵਧੀਆ ਲੱਗੀ। ਇਸ ਸਭ ਦੇ ਨਾਲ ਨਾਲ ਅਸੀਂ ਦੇਖਿਆ ਤੁਸੀਂ ਉੱਥੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਿੱਖ ਖੇਡਾਂ ਕਰਵਾ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਜੀ। ਇਸ ਬਾਰੇ ਆਪਾਂ ਗੱਲ ਨਹੀਂ ਕੀਤੀ ਕਦੇ ਵੀ, ਆਪਾਂ ਵੱਖ ਵੱਖ ਜਿਹੜੀਆਂ ਤੁਹਾਡੇ ਕਾਰਜ ਨੇ ਉਹਨਾਂ ਬਾਰੇ ਗੱਲ ਕਰਦੇ ਨੇ, ਪਰ ਅੱਜ ਆਪਾਂ ਸਿੱਖ ਖੇਡਾਂ ਬਾਰੇ ਗੱਲ ਕਰਾਂਗੇ ਜੀ। ਸੁਰਿੰਦਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਡੇ ਜਿਹੜੇ ਜਿੰਨੇ ਵੀ ਦੇਖ ਰਹੇ ਦਰਸ਼ਕ ਆ ਉਹਨਾਂ ਨੂੰ ਦੱਸ ਦਿਆਂ ਵੀ ਸਿੱਖ ਖੇਡਾਂ ਦਾ ਜਿਹੜਾ ਇਤਿਹਾਸ ਆ ਉਹ 28 ਸਾਲ ਪੁਰਾਣਾ ਹੋ ਚੁੱਕਿਆ ਜੀ। 28ਵਾਂ ਸਾਲ ਆ ਜੀ, ਅਤੇ ਹਰ ਸਾਲ ਈਸਟਰ ਦੇ ਉੱਤੇ ਖੇਡਾਂ ਕਰਾਈਆਂ ਜਾਂਦੀਆਂ। ਇਕੱਲਾ ਆਸਟ੍ਰੇਲੀਆ ਨਹੀਂ, ਜੇ ਦੁਨੀਆਂ ਦੇ ਵਿੱਚ ਤੁਸੀਂ ਝਾਤ ਮਾਰੋਗੇ, ਮੈਨੂੰ ਕੋਈ ਵੀ ਕਿਸੇ ਇੱਕ ਕਮਿਊਨਿਟੀ ਵੱਲੋਂ ਇੰਨੇ ਲੰਮੇ ਟਾਈਮ ਤੋਂ ਚੱਲ ਰਹੀਆਂ ਨਿਰਵਿਘਨ ਖੇਡਾਂ ਦਿਖਾਈ ਨਹੀਂ ਦਿੰਦੀਆਂ, ਅਤੇ ਉਹ ਵੀ ਵੱਡੇ ਪੱਧਰ 'ਤੇ। ਅਤੇ ਸਭ ਤੋਂ ਵੱਡੀ ਗੱਲ ਆ ਜਿਹੜਾ ਉਹਦਾ ਢਾਂਚਾ, ਜਿਹੜਾ ਸਿਸਟਮ ਆ ਉਹ ਬੜਾ ਵਧੀਆ। ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਓਲੰਪਿਕ ਏਸ਼ੀਅਨ ਪੱਧਰ ਦਾ ਉਹਦਾ ਸਿਸਟਮ ਆ, ਹਰ ਸਾਲ ਨਵੇਂ ਸ਼ਹਿਰ 'ਚ ਹੁੰਦੀਆਂ, 2 ਸਾਲ ਪਹਿਲਾਂ ਸਾਨੂੰ ਅਪਲਾਈ ਕਰਨਾ ਪੈਂਦਾ ਸ਼ਹਿਰ ਨੂੰ ਵੀ ਸਾਨੂੰ ਗੇਮਾਂ ਦਿਓ, ਫਿਰ ਉਹਨੂੰ ਪੂਰੀ ਪ੍ਰੋਪਰ ਢੰਗ ਨਾਲ ਉਹਨੂੰ ਗੇਮਾਂ ਨੂੰ ਅੱਗੇ ਦਿੱਤਾ ਜਾਂਦਾ। ਈਵਨ ਇੱਕ ਨੈਸ਼ਨਲ ਕਮੇਟੀ ਬਣੀ ਹੋਈ ਆ ਅਤੇ ਦੂਜੀ ਜਿਹੜੀ ਲੋਕਲ ਕਮੇਟੀ ਹੁੰਦੀ ਹੈ ਜਿੱਥੇ ਗੇਮਸ ਦਿੱਤੀਆਂ ਜਾਂਦੀਆਂ। ਸੋ ਇਹ ਗੇਮਾਂ ਦਾ ਜਿਹੜਾ ਆਪਾਂ ਨਾਲ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਖੋਲਾਂਗੇ, ਪਰ ਸਭ ਤੋਂ ਪਹਿਲਾਂ ਮੈਂ ਇਹੀ ਦੱਸਣਾ ਚਾਹੂੰਗਾ ਵੀ 28 ਸਾਲ ਹੋਣ ਦੇ ਬਾਵਜੂਦ ਵੀ ਬੜੀਆਂ ਅਣਗੌਲੀਆਂ, 20-30-40-40 ਹਜ਼ਾਰ ਬੰਦੇ ਦਾ ਇਕੱਠ ਵੀ ਉੱਥੇ ਹੁੰਦਾ ਹਰ ਸਾਲ ਹੁੰਦੀਆਂ, ਪਰ ਫਿਰ ਵੀ ਤੁਸੀਂ ਜੇ ਇੰਟਰਨੈਸ਼ਨਲ ਮੀਡੀਆ 'ਚ ਗੱਲ ਕਰੋ ਜਾਂ ਭਾਰਤ 'ਚ ਵੀ ਗੱਲ ਕਰੋ ਤਾਂ ਤੁਸੀਂ ਹੈਰਾਨ ਰਹੋਗੇ ਵੀ ਇੱਕ ਡੱਬੀ ਵਾਲੀ ਖਬਰ ਲੱਗਦੀ ਹੁੰਦੀ ਆ ਕਿ ਗੇਮਾਂ ਖਤਮ ਹੋਣ 'ਤੇ ਵੀ ਆਸਟ੍ਰੇਲੀਆ 'ਚ ਸਿੱਖ ਖੇਡਾਂ ਖਤਮ ਹੋਈਆਂ। ਸੋ ਪਤਾ ਨਹੀਂ ਕਿਉਂ, ਜਾਂ ਤਾਂ ਸਾਡੇ ਤੋਂ ਅਪਰੋਚ ਨਹੀਂ ਕੀਤੀ ਜਾ ਰਹੀ ਜਾਂ ਕਿਤੇ ਨਾ ਕਿਤੇ ਕੋਈ ਕਮੀ ਆ। ਸੋ ਅੱਜ ਮੈਂ ਚਾਹੂੰਗਾ ਅੱਜ ਦਾ ਜਿਹੜਾ ਟਾਕਿੰਗ ਪੰਜਾਬ ਦਾ ਸ਼ੋਅ ਆ ਆਪਾਂ ਪੂਰਨ ਰੂਪ 'ਚ ਜਿਹੜਾ ਖੇਡਾਂ ਨੂੰ ਸਮਰਪਿਤ ਕਰੀਏ। ਤੁਸੀਂ ਸਾਡੇ ਤੱਕ ਅਪਰੋਚ ਨਹੀਂ ਕੀਤੀ ਹੁਣ ਵੀ ਗੱਲਬਾਤ ਲਈ, ਅਸੀਂ ਤੁਹਾਡੇ ਤੱਕ ਅਪਰੋਚ ਕੀਤੀ ਹੈ, ਸਾਨੂੰ ਪਤਾ ਲੱਗਿਆ ਕਿ ਤੁਸੀਂ ਆਏ ਹੋਏ ਹੋ ਅਤੇ ਗੱਲ ਕਰਨੀ ਬਣਦੀ ਹੈ ਜੀ। ਸਿੱਖ ਖੇਡਾਂ, ਇਹ ਨਾਮ ਸਿੱਖ ਕਿਵੇਂ ਨਾਲ ਜੁੜਿਆ, ਇਸ ਦਾ ਖੇਡਾਂ ਦੇ ਨਾਲ, ਖੇਡਾਂ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਨਾਲ ਕਿੰਨਾ ਕੁ ਸੰਬੰਧ ਹੈ? ਥੋੜ੍ਹੀ ਜਿਹੀ ਤਾਂ ਅਸੀਂ ਕਹਿ ਸਕਦੇ ਹਾਂ ਤ੍ਰਾਸਦੀ ਚੱਲ ਰਹੀ ਆ ਅੱਜ ਕੱਲ੍ਹ ਖੇਡਾਂ ਦੇ ਨਾਲ, ਜਿਵੇਂ ਸਿੱਖ ਖੇਡਾਂ ਜੁੜੀਆਂ, ਅਤੇ ਜਦੋਂ ਅਸੀਂ ਦੇਖਦੇ ਹਾਂ ਉੱਥੇ ਖੇਡਾਂ 'ਤੇ ਉੱਥੇ ਗਿਣਤੀ ਦੇ 4-5 ਜਿਹੜੇ ਸਿੱਖੀ ਸਰੂਪ ਵਾਲੇ ਮੁੰਡੇ ਹੁੰਦੇ ਆ, 10 ਹੁੰਦੇ ਆ, ਪਰ ਮੈਂ ਦੱਸਣਾ ਚਾਹੂੰਗਾ ਵੀ ਸਿੱਖ ਖੇਡਾਂ ਇਹਨਾਂ ਦਾ ਨਾਂ ਕਿਉਂ ਬਣਿਆ। 28 ਸਾਲ ਪਹਿਲਾਂ ਮਲੇਸ਼ੀਆ ਤੋਂ ਜਿਹੜੇ ਉੱਠ ਕੇ ਸਿੰਘ ਸਾਡੇ ਆਸਟ੍ਰੇਲੀਆ ਦੇ ਵਿੱਚ ਪਹੁੰਚੇ ਸਨ, ਤਾਂ ਮਲੇਸ਼ੀਆ ਦੇ ਵਿੱਚ ਪੁਰਾਣੇ ਪੰਜਾਬੀ ਬੈਠੇ ਸੀ ਅਤੇ ਉਹ ਖੇਡਾਂ ਨਾਲ ਜੁੜੇ ਹੋਏ ਸੀ, ਖਾਸ ਕਰਕੇ ਹਾਕੀ ਨਾਲ। ਤੁਸੀਂ ਅੱਜ ਵੀ ਮਲੇਸ਼ੀਅਨ ਹਾਕੀ ਟੀਮ 'ਚ ਸਿੱਖ ਖਿਡਾਰੀ ਦੇਖ ਸਕਦੇ ਹੋ। ਤਾਂ ਉਹਨਾਂ ਨੇ ਉਹ ਆਪਣੀ ਉਹ ਰੀਤ ਆਸਟ੍ਰੇਲੀਆ ਦੇ ਵਿੱਚ ਜਦੋਂ ਆਏ ਤਾਂ ਉਹਨਾਂ ਨੂੰ ਲੱਗਿਆ ਵੀ ਇੱਥੇ ਵੀ ਕੋਈ ਖੇਡਾਂ ਹੋਣੀਆਂ ਚਾਹੀਦੀਆਂ। ਤਾਂ ਐਡੀਲੇਡ, ਜਿੱਥੇ ਕਿ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਆ, ਮੈਂ ਰਹਿ ਰਿਹਾ, ਛੋਟਾ ਟਾਊਨ ਆ, ਛੋਟਾ ਸ਼ਹਿਰ ਕਹਿ ਸਕਦੇ ਹਾਂ ਆਸਟ੍ਰੇਲੀਆ ਦਾ ਨਿਸਬਤ ਮੈਲਬਰਨ ਸਿਡਨੀ, ਪਰ ਫਿਰ ਵੀ ਕਿਤੇ ਨਾ ਕਿਤੇ ਉੱਥੇ ਜਾ ਕੇ ਇਹ ਗੇਮਾਂ ਦੀ ਸ਼ੁਰੂਆਤ ਹੋਈ। ਉੱਥੇ ਗੁਰੂ ਘਰ ਦੀ ਜਦੋਂ ਸ਼ੁਰੂਆਤ ਹੋਈ ਤਾਂ ਗੁਰੂ ਘਰ ਦੀ ਸ਼ੁਰੂਆਤ ਦੇ ਟਾਈਮ 'ਤੇ ਸੋਚਿਆ ਗਿਆ ਵੀ ਕਿਉਂ ਨਾ ਕੋਈ ਖੇਡਾਂ ਦਾ ਕੰਪੀਟੀਸ਼ਨ ਕਰਾਇਆ ਜਾਵੇ। ਤਾਂ ਉਹ ਕੰਪੀਟੀਸ਼ਨ ਜਦੋਂ ਕਰਾਉਣ ਦੀ ਗੱਲ ਹੋਈ ਤਾਂ ਐਡੀਲੇਡ ਦੇ ਲੋਕਲ ਥੋੜ੍ਹੇ ਬਹੁਤ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਨਾਲ ਮੈਲਬਰਨ ਤੋਂ ਕੋਈ ਸੰਗਤ ਆਈ ਅਤੇ ਉਹਨਾਂ ਨੇ ਵੀ ਇੱਕ ਟੀਮ ਬਣਾ ਕੇ ਉਹ 'ਚ ਹਿੱਸਾ ਲਿਆ। ਉਹ ਲੋਕਾਂ ਨੂੰ ਬੜੀ
ਚੰਗੀ ਲੱਗੀ ਪਹਿਲੀ ਗੱਲ ਦੇ ਉੱਤੇ ਵੀ ਇਹ ਤਾਂ ਕਿਆ ਬਾਤ ਹੀ ਹੈ ਇੱਦਾਂ ਗੈਟ ਟੂਗੈਦਰ ਵੀ ਹੋ ਗਏ ਫੈਮਿਲੀ ਵੀ ਮਿਲ ਲਈਆਂ ਤੇ ਬੱਚਿਆਂ 'ਚ ਵੀ ਕੋਈ ਉਤਸ਼ਾਹ ਆਇਆ ਤਾਂ ਅਗਲੇ ਸਾਲ ਮੈਲਬਰਨ ਨੂੰ ਬੇਨਤੀ ਕੀਤੀ ਗਈ ਵੀ ਤੁਸੀਂ ਇਹ ਖੇਡਾਂ ਕਰਾਓ ਤਾਂ ਜਦੋਂ ਮੈਲਬਰਨ ਦੇ ਵਿੱਚ ਖੇਡਾਂ ਹੋਈਆਂ ਤੇ ਨਾਲ ਸਿਡਨੀ ਤੋਂ ਵੀ ਪਲੇਅਰ ਜੋੜ ਲਏ ਗਏ ਹੋਰ ਸ਼ਹਿਰਾਂ 'ਚੋਂ ਵੀ ਜੋ ਇਸ ਢੰਗ ਨਾਲ ਤੁਰਦਾ ਤੁਰਦਾ ਇਹ ਇੱਕ ਵੱਡਾ ਕਾਫਲਾ ਬਣ ਗਿਆ ਜੀ ਤੇ ਹੁਣ ਈਸਟਰ ਦੇ ਉੱਤੇ ਜਿਹੜਾ ਕਿ ਅਕਸਰ ਮਾਰਚ ਜਾਂ ਅਪ੍ਰੈਲ ਦੇ ਵਿੱਚ ਆਉਂਦਾ ਤਾਂ ਲੌਂਗ ਵੀਕਐਂਡ ਹੁੰਦਾ ਜੀ ਤਿੰਨ ਛੁੱਟੀਆਂ ਹੁੰਦੀਆਂ ਤਾਂ ਉਹ ਤਿੰਨ ਛੁੱਟੀਆਂ ਨੂੰ ਜਿਹੜਾ ਯੂਟੀਲਾਈਜ਼ ਕੀਤਾ ਜਾਂਦਾ ਇਹ ਖੇਡਾਂ ਦੇ ਰੂਪ 'ਚ ਤੇ ਜਿਹੜੇ ਵੀ ਸ਼ਹਿਰ 'ਚ ਖੇਡਾਂ ਹੁੰਦੀਆਂ ਉੱਥੇ ਇੱਕ ਸੇਮ ਮਾਹੌਲ ਹੁੰਦਾ ਜਿਵੇਂ ਸਾਡੇ ਏਸ਼ੀਅਨ ਕੱਪ ਵੇਲੇ ਜਾਂ ਉਹਨਾਂ ਚੀਜ਼ਾਂ ਵੇਲੇ ਹੁੰਦਾ ਵੀ ਉੱਥੇ ਪੰਜਾਬੀਆਂ ਦਾ ਫਿਰ ਹੜ ਆ ਜਾਂਦਾ ਤੇ ਜਿਹੜੀਆਂ ਹੁਣ ਲੇਟੈਸਟ 28ਵੀਆਂ ਉਹ ਕੋਪ ਸਰਵਰ ਦੇ ਵਿੱਚ ਹੋ ਰਹੀਆਂ ਜੀ ਤਿੰਨ ਦਿਨਾਂ ਤੱਕ ਚੱਲਦੀਆਂ ਨੇ ਖੇਡਾਂ ਕਿੰਨੇ ਕੁ ਪਾਰਟਿਸਪੈਂਟ ਖਿਡਾਰੀ ਕਿੰਨੇ ਕੁ ਹਿੱਸਾ ਲੈਂਦੇ ਨੇ ਇਹਨਾਂ 'ਚ ਖਿਡਾਰੀ ਇਹਦੇ 'ਚ ਤਕਰੀਬਨ 1000 ਤੋਂ ਉੱਤੇ ਹੀ ਜਾਂਦੇ ਆ ਤੇ 1400 ਤੱਕ ਦੀ ਗਿਣਤੀ ਖਿਡਾਰੀਆਂ ਦੀ ਹੋਈ ਆ ਤੇ ਤਕਰੀਬਨ ਇਹਦੇ ਵਿੱਚ ਕਬੱਡੀ ਹਾਕੀ ਵਾਲੀਬਾਲ ਕ੍ਰਿਕਟ ਤੇ ਜਿਹੜੀਆਂ ਇੰਡੀਵਿਜੁਅਲ ਗੇਮਾਂ ਵੀ ਹੁੰਦੀਆਂ ਉਹ ਵੀ ਕਰਾਈਆਂ ਜਾਂਦੀਆਂ ਤੇ ਰੱਸਾ ਕਸੀ ਵਰਗੇ ਮੁਕਾਬਲੇ ਵੀ ਕਰਾਏ ਜਾਂਦੇ ਆ ਬੀਬੀਆਂ ਦੇ ਇੰਟਰਟੇਨ ਲਈ ਵੀ ਕੁਝ ਨਿੱਕੇ ਨਿੱਕੇ ਉਹਦੇ ਵਿੱਚ ਉਪਰਾਲੇ ਕੀਤੇ ਜਾਂਦੇ ਆ ਤੇ ਸਭ ਤੋਂ ਵੱਡੀ ਖਾਸੀਅਤ ਇਸ ਦੇ ਵਿੱਚ ਜਿਹੜੀ ਸਿੱਖ ਪਰੰਪਰਾਵਾਂ ਦੇ ਰੂਪ 'ਚ ਚਾਹੇ ਅਸੀਂ ਅੱਜ ਪਛੜ ਰਹੇ ਹਾਂ ਸਾਡੇ ਬੱਚੇ ਉਸ ਸਰੂਪ 'ਚ ਨਹੀਂ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਉੱਥੇ ਜਿਹੜਾ ਲੰਗਰ ਪ੍ਰਥਾ ਜਾਂ ਮਹਿਮਾਨ ਨਵਾਜ਼ੀ ਆ ਉਹ ਸਾਰੀਆਂ ਉਹਨਾਂ ਰੀਤ ਰਹਿਤ ਦੇ ਤਹਿਤ ਹੁੰਦੀ ਹੈ ਤਿੰਨ ਦਿਨ ਗੁਰੂ ਘਰਾਂ ਵੰਨੀਓ ਵੱਧ ਚੜ ਕੇ ਲੰਗਰ ਦੇ ਇੰਤਜ਼ਾਮ ਕੀਤੇ ਜਾਂਦੇ ਆ ਹਰ ਮਹਿਮਾਨ ਲਈ ਪਰ ਇਹ ਹਾਲਾਤ ਇਹ ਹੋ ਜਾਂਦੇ ਆ ਵੀ ਸ਼ਹਿਰ 'ਚ ਹੋਟਲ ਵੀ ਨਹੀਂ ਕੋਈ ਕਿਰਾਏ 'ਤੇ ਮਿਲਦਾ ਚਾਰ ਚਾਰ ਮਹੀਨੇ ਛੇ ਛੇ ਮਹੀਨੇ ਪਹਿਲਾਂ ਏਅਰਲਾਈਨਸ ਦੀਆਂ ਟਿਕਟਾਂ ਬੁੱਕ ਹੋ ਜਾਂਦੀਆਂ ਤੇ ਇੱਦਾਂ ਹੀ ਹੁਣ ਤੁਸੀਂ ਜੇ ਕੋਪਸ ਹਾਰਬਰ ਲਈ ਤੁਸੀਂ ਟਿਕਟ ਲੱਭਣੀ ਚਾਹੋ ਮੈਨੂੰ ਨਹੀਂ ਲੱਗਦਾ ਏਅਰਲਾਈਨਸ ਦੇ ਉੱਤੇ ਤੁਹਾਨੂੰ ਕੋਈ ਟਿਕਟ ਮਿਲ ਜੂਗੀ ਤੇ ਜਾਂ ਤੁਹਾਨੂੰ ਕੋਈ ਹੋਟਲ ਮਿਲ ਜੂਗਾ ਈਵਨ 100 ਕਿਲੋਮੀਟਰ ਦੇ ਰੇਡੀਅਸ 'ਚ ਅੱਛਾ ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਜਿਹੜਾ ਇਹ ਕਰ ਰਹੇ ਹੋ ਤੁਸੀਂ ਕੌਮਾਂਤਰੀ ਪੱਧਰ ਤੇ ਮੈਂ ਤਾਂ ਚਾਹਾਂਗਾ ਕਿ ਇਹ ਖੇਡਾਂ ਹੋਣੀਆਂ ਚਾਹੀਦੀਆਂ ਨੇ ਤੇ ਉੱਥੇ ਕੌਮਾਂਤਰੀ ਪੱਧਰ ਤੋਂ ਵੀ ਹੋਰ ਟੀਮਾਂ ਬਾਕੀ ਮੁਲਕਾਂ ਤੋਂ ਉੱਥੇ ਹਿੱਸਾ ਲੈਣ ਹਨ ਇਦਾਂ ਦੀ ਕੋਈ ਹੈ ਤੁਹਾਡੇ ਦਿਮਾਗ 'ਚ ਸੋਚ ਨਹੀਂ ਸੋਚਣੀ ਹੋ ਚੁੱਕਿਆ ਜੀ ਸ਼ੁਰੂ ਹੋ ਚੁੱਕਿਆ ਮਲੇਸ਼ੀਅਨ ਬੈਕਗ੍ਰਾਉਂਡ ਹੋਣ ਕਰਕੇ ਮਲੇਸ਼ੀਆ ਦੀ ਟੀਮ ਕਈ ਸਾਲਾਂ ਤੋਂ ਆ ਰਹੀ ਸੀ ਹੁਣ ਨਿਊਜ਼ੀਲੈਂਡ ਦੀ ਟੀਮ ਵੀ ਕਈ ਸਾਲ ਤੋਂ ਆ ਰਹੀ ਹੈ ਤੇ ਇਸ ਵਾਰ ਸਿੰਗਾਪੁਰ ਤੋਂ ਪਿਛਲੇ ਵਾਰ ਵੀ ਸਿੰਗਾਪੁਰ ਤੋਂ ਕੁਝ ਪਲੇਅਰ ਆਏ ਸੀ ਪਰ ਇਸ ਵਾਰ ਫੇਰ ਆ ਰਹੇ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਬਹੁਤ ਵਧੀਆ ਸਿਸਟਮ ਹੈ ਇੰਟਰਨੈਸ਼ਨਲ ਪੱਧਰ ਦਾ ਤੁਸੀਂ ਆਨਲਾਈਨ ਸਾਈਟ ਤੇ ਜਾਓਗੇ ਸਿੱਖ ਗੇਮਸ ਆਸਟ੍ਰੇਲੀਆ ਲਿਖੋਗੇ ਤਾਂ ਉਹਦੀ ਵੈਬਸਾਈਟ ਆ ਜੀ ਉਸ ਵੈਬਸਾਈਟ ਦੇ ਉੱਤੇ ਪਿਛਲੇ 3 ਮਹੀਨਿਆਂ ਤੋਂ ਐਂਟਰੀਆਂ ਸ਼ੁਰੂ ਹੋਈਆਂ ਸਨ ਜਿਹੜੀਆਂ ਕਿ ਹੁਣੇ ਬੰਦ ਹੋਈਆਂ ਉਹਨਾਂ ਦੇ ਵਿੱਚ ਤੁਸੀਂ ਆਪਣੀ ਟੀਮ ਰਜਿਸਟਰਡ ਕਰਾ ਸਕਦੇ ਹੋ ਤੁਸੀਂ ਸਾਰਾ ਕੁਝ ਦੱਸ ਸਕਦੇ ਹੋ ਵੀ ਕਿੰਨੇ ਸਾਡੇ ਮੈਨੇਜਮੈਂਟ ਆਊਗੀ ਜਿਹਦੇ ਫਿਰ ਉਹ ਪ੍ਰਾਹੁਣਚਾਰੀ ਉੱਥੋਂ ਦੀ ਲੋਕਲ ਕਮੇਟੀ ਕਰਦੀ ਆ ਲੋਕਲ ਜਿਹੜੀ ਨੈਸ਼ਨਲ ਬਾਡੀ ਆ ਜਾਂ ਨੈਸ਼ਨਲ ਕਮੇਟੀ ਆ ਨੈਸ਼ਨਲ ਕਮੇਟੀ ਦਾ ਕੰਮ ਆ ਸਿਰਫ ਤੇ ਸਿਰਫ ਓਵਰਆਲ ਨਿਗਾਹ ਰੱਖਣੀ ਜਿਹਦੇ 'ਚ ਕਿ ਮਹਾਂਵੀਰ ਸਿੰਘ ਗਰੇਵਾਲ ਦਾ ਨਾਂ ਲੈਣਾ ਚਾਹੂੰਗਾ ਜਿਨ੍ਹਾਂ ਨੇ ਕਿ ਇਹ ਸ਼ੁਰੂਆਤ ਕੀਤੀ ਸੀ ਖੇਡਾਂ ਦੀ ਉਹਨਾਂ ਤੋਂ ਉਹਨਾਂ ਨੇ ਕਾਫੀ ਲੰਮਾ ਚਿਰੇ ਦੀ ਸੇਵਾ ਕੀਤੀ ਇਸ ਖੇਡਾਂ ਦੇ ਵਿੱਚ ਪਰ ਪਿਛਲੇ ਸਾਲ ਜਿਹੜੀ ਇਹਨਾਂ ਖੇਡਾਂ ਦੇ ਪ੍ਰਧਾਨਗੀ ਹੈ ਜਿਹੜੀ ਉਹ ਮਨਜੀਤ ਸਿੰਘ ਬੋਪਾ ਰਾਏ ਕੋਲ ਆ ਗਈ ਸੀ ਜਿਹੜੇ ਖੁਦ ਵੀ ਇੱਕ ਬਹੁਤ ਵਧੀਆ ਅਖਬਾਰ ਕੱਢਦੇ ਆ ਤੇ ਬੜੇ ਵਧੀਆ ਰਾਈਟਰ ਨੇ ਉਹਨਾਂ ਨੇ ਕਾਫੀ ਜਿਹੜੀ ਇਸ ਖੇਡਾਂ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਕਮੀਆਂ ਸੀ ਜਾਂ ਉਹਨਾਂ ਨੂੰ ਤੇ ਖਾਸ ਕਰਕੇ ਟੈਕਨੀਕਲ ਪੱਧਰ ਜਦੋਂ ਮੈਂ ਦੇਖਦਾ ਤਾਂ ਵੈਬਸਾਈਟ ਦਾ ਜਾਂ ਕੋਈ ਉਹਦਾ ਸਿਸਟਮ ਦਾ ਤਾਂ ਉਹਦੇ 'ਚ ਬਹੁਤ ਕੰਮ ਹੋ ਰਿਹਾ ਤੇ ਹੁਣ ਵਾਲੀਆਂ ਜਿਹੜੀਆਂ ਮੌਜੂਦਾ ਖੇਡਾਂ ਦੇ ਵਿੱਚ ਮਨਜੀਤ ਸਿੰਘ ਸਿੱਧੂ ਦੇ ਨਾਂ ਦੇ ਜਿਹੜੇ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਸਾਡੇ ਬ੍ਰਦਰ ਨੇ ਜੀ ਉਹ ਇਸ ਨੂੰ ਮੈਨੇਜ ਕਰ ਰਹੇ ਆ ਖੇਡਾਂ ਨੂੰ ਤੇ ਉਹਨਾਂ ਦਾ ਇਤਿਹਾਸ ਇਹ ਆ ਵੀ ਉਹ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਕੋਪਸ ਹਾਰਬਰ 'ਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਇੱਕ ਸਿੱਖ ਦੇ ਰੂਪ 'ਚ ਤੇ ਹੁਣ ਉਹ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਆ ਤੇ ਉਹਨਾਂ ਦੀ ਦੇਖ ਰੇਖ 'ਚ ਖੇਡਾਂ ਹੋ ਰਹੀਆਂ ਤੇ ਸਾਡਾ ਵੀ ਉਹਦੇ ਵਿੱਚ ਜਿਹੜਾ ਹਰਮਨ ਅਦਾਰੇ ਦਾ ਕਾਫੀ ਹੱਥ ਆ ਕਿਉਂਕਿ ਅਮਨਦੀਪ ਸਿੱਧੂ ਉਹਨਾਂ ਦੀ ਜਿਹੜੀ ਵੈਬਸਾਈਟ ਤੋਂ ਲੈ ਕੇ ਮੈਨੇਜਮੈਂਟ ਕਮੇਟੀ 'ਚ ਵੀ ਉਹ ਦੇਖ ਰਹੇ ਆ ਤੇ ਨਾਲ ਨਾਲ ਅਸੀਂ ਰੇਡੀਓ ਦੇ ਉੱਤੇ 2006 ਤੋਂ ਸ਼ੁਰੂ ਕੀਤਾ ਸੀ ਲਾਈਵ ਪ੍ਰਸਾਰਣ ਤੇ ਹੁਣ ਵੀ ਉਹਦੇ ਤੇ ਲਾਈਵ ਪ੍ਰਸਾਰਣ ਇਸ ਵਾਰ ਅਸੀਂ ਰੇਡੀਓ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਮਿੰਟੂ ਇਹ ਦੱਸੋ ਕਿ ਇਹ ਜਿਹੜੀਆਂ ਸਿੱਖ ਖੇਡਾਂ ਨੇ ਅਸੀਂ ਪਿਛਲੀ ਵਾਰ ਦੇਖਿਆ ਕਿ ਕੁਛ ਇਹਦੇ ਤੇ ਵਿਵਾਦ ਵੀ ਹੋਇਆ ਸੀ ਜੀ ਖਾਸ ਕਰਕੇ ਗੇਮਾਂ ਤੋਂ ਬਾਅਦ ਜਿਹਦੀ ਪਾਰਟੀ ਚੱਲਦੀ ਹੈਗੀ ਆ ਉਸ ਦੇ ਦੌਰਾਨ ਕੁਛ ਅਸੀਂ ਅਜਿਹਾ ਸੁਣਨ ਲਈ ਸਾਨੂੰ ਮਿਲਿਆ ਕਿ ਕੋਈ ਨਾ ਕੋਈ ਕਿਤੇ ਫਿਰ ਸਵਾਲ ਕਰਦਾ ਜੀ ਜੀ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਕਾਫੀ ਜਿਹੜਾ ਵਿਵਾਦ ਉੱਠਿਆ ਸੀ ਪਿਛਲੇ ਸਾਲ ਇਸ ਗੱਲ ਦੇ ਉੱਤੇ ਉਹ ਸੀ ਡਿਨਰ ਡਾਂਸ ਪਾਰਟੀ ਦੇ ਉੱਤੇ ਉਹਦੇ ਵਿੱਚ ਬਵਾਲ ਉੱਠਣ ਵਾਲਾ ਜਿਹੜਾ ਇੱਕੋ ਇੱਕ ਮਸਲਾ ਇਹ ਸੀ ਵੀ ਜਿਹੜੀ ਉਹ ਪਾਰਟੀ ਆ ਉਹ ਖੇਡਾਂ 3 ਦਿਨ ਖੇਡਾਂ ਹੋਣ ਤੋਂ ਬਾਅਦ ਜਦੋਂ ਖੇਡਾਂ ਫਿਨਿਸ਼ ਹੋ ਜਾਂਦੀਆਂ ਤੇ ਉਹ ਰੂਟੀਨ 'ਚ 28 ਸਾਲਾਂ ਤੋਂ ਚੱਲਦੀ ਆ ਰਹੀ ਆ ਪਾਰਟੀ ਤੇ ਉਹਦਾ ਨਾਲ ਖੇਡਾਂ ਨਾਲ ਕੋਈ ਲਾਗਾ ਦੇਗਾ ਨਹੀਂ ਹੁੰਦਾ ਉਹਦਾ ਇੱਕੋ ਹੀ ਲਾਗਾ ਦੇਗਾ ਇਹ ਹੁੰਦਾ ਵੀ ਉੱਥੇ ਜਿੰਨੀਆਂ ਫੈਮਿਲੀਆਂ ਆਈਆਂ ਹੁੰਦੀਆਂ ਉਹ ਆਪਸ ਵਿੱਚ ਮਿਲਦੀਆਂ ਜਦੋਂ ਫੈਮਿਲੀਜ਼ ਮਿਲਦੀਆਂ ਆਪਸ ਵਿੱਚ ਤਾਂ ਉਹਨਾਂ ਦੇ ਬੱਚੇ ਇੱਕ ਦੂਜੇ ਨੂੰ ਮਿਲਦੇ ਆ ਤੇ ਈਵਨ ਗੇਮਾਂ ਤੋਂ ਬਾਅਦ ਇਹ ਵੀ ਦੇਖਣ ਨੂੰ ਸੁਣਨ ਨੂੰ ਮਿਲਦਾ ਵੀ ਐਤਕੀ 20 ਰਿਸ਼ਤੇ ਹੋਏ 25 ਰਿਸ਼ਤੇ ਹੋਏ ਇੱਕ ਰਿਸ਼ਤੇ ਕੰਢੇ ਜਾਂਦੇ ਆ ਉਹ 'ਚ ਇੱਕ ਫੈਮਿਲੀ ਗੈਟ ਟੂਗੈਦਰ ਸੀ ਪਰ ਜਿਹੜੀ ਗਲਤੀ ਇਹ ਹੋਈ ਸੀ ਵੀ ਉਹ ਜਿਹੜੀਆਂ ਉਹਦੀਆਂ ਟਿਕਟਾਂ ਸੀ ਨਾ ਉਹ ਪੇਡ ਆ ਉਹਨੂੰ $100-$150 ਦੀ ਟਿਕਟ ਰੱਖੀ ਜਾਂਦੀ ਆ ਉਹ ਟਿਕਟਾਂ
ਸ਼ਬਦਾਵਲੀ ਲਿਖਤੀ ਤੇ ਜਦੋਂ ਉਹਦੀ ਖੋਜ ਕੀਤੀ ਗਈ ਤਾਂ ਪਤਾ ਲੱਗਿਆ ਕਿ ਟੀਨੇਜ਼ਰ ਬੱਚਾ ਸੀ ਜਿਹਨੇ ਉਹ ਡਿਜ਼ਾਇਨ ਕੀਤੀਆਂ ਸੀ ਤੇ ਜਿਹਨਾਂ ਨੇ ਕਿਸੇ ਨੇ ਡਿਊਟੀ ਲਾ ਤੀ ਤੇ ਉਹਨਾਂ ਦੀ ਪੂਰੇ ਜ਼ਿੰਮੇਵਾਰੀ ਨਹੀਂ ਨਿਭਾਈ ਵੀ ਉਹਨੂੰ ਚੈੱਕ ਕਰਦੇ ਵੀ ਕਿਹੋ ਜਿਹੀ ਸ਼ਬਦਾਵਲੀ ਆ ਜਾਂ ਕੀ ਚੀਜ਼ ਆ ਤੇ ਇਹਨੂੰ ਗੁਰੂ ਘਰ ਚ ਰੱਖਣਾ ਚਾਹੀਦਾ ਕਿ ਨਹੀਂ ਚਾਹੀਦਾ ਇਹ ਸੀ ਇਕੱਲੀ ਗੱਲ ਪਰ ਜਿਹੜੀ ਗੱਲ ਮੀਡੀਆ ਚ ਇਹ ਉਛਾਲੀ ਗਈ ਵੀ ਉੱਥੇ ਲੱਚਰ ਡਾਂਸ ਹੁੰਦੇ ਆ ਲੱਚਰ ਗਾਣੇ ਹੁੰਦੇ ਆ ਦਾਰੂ ਮੀਟ ਚੱਲਦੀ ਆ ਉਹ ਹੁੰਦਾ ਦੇਖੋ ਜਿਹੜੀ ਪਾਰਟੀ ਆ ਇੰਡੀਵਿਜੁਅਲ ਤੌਰ ਤੇ ਪਾਰਟੀ ਆ ਉਹ ਇੱਥੇ ਵੀ ਤਾਂ ਘਰਾਂ 'ਚ ਵਿਆਹਾਂ 'ਚ ਸਭ ਕੁਛ ਚੱਲਦਾ ਪਰ ਉੱਥੇ ਕੋਈ ਡਾਂਸ ਡੂਨਸ ਇਹੋ ਜਿਹਾ ਕੁਛ ਨਹੀਂ ਹੁੰਦਾ ਲੋਕ ਆਉਂਦੇ ਆ ਡਿਨਰ ਕਰਦੇ ਆ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਆ ਪਿੱਛੇ ਮਿਊਜ਼ਿਕ ਵੱਜ ਰਿਹਾ ਹੁੰਦਾ ਕਿਉਂਕਿ ਮੈਂ ਬਹੁਤ ਸਾਰੇ ਹੁਣ ਤੱਕ 7-8 ਇਹੋ ਜਿਹੇ ਅਟੈਂਡ ਕਰ ਚੁੱਕਿਆ ਸੋ ਕਈ ਵਾਰੀ ਕੀ ਹੁੰਦਾ ਨਾ ਵੀ ਦੂਰੋਂ ਬੈਠ ਕੇ ਅੰਦਾਜ਼ੇ ਲਾਏ ਜਾਂਦੇ ਆ ਗੱਲ ਦੀ ਤਹਿ ਤਾਂ ਨਹੀਂ ਜਾਇਆ ਜਾਂਦਾ ਅਸੀਂ ਉੱਥੇ ਲੋਕਲ ਬੈਠੇ ਸੀ ਤਾਂ ਸਾਡਾ ਫਰਜ਼ ਕਿਤੇ ਨਾ ਕਿਤੇ ਵੱਧ ਸੀ ਜੇ ਅਸੀਂ ਮੀਡੀਆ ਖਵਾਉਣੇ ਆ ਜਾਂ ਚੌਥਾ ਥੰਮ ਦਿਖਾਉਣੇ ਆ ਤਾਂ ਸਾਡਾ ਫਰਜ਼ ਬਣਦਾ ਸੀ ਇਸ ਗੱਲ ਨੂੰ ਦੇਖੀਏ ਚੱਕੀਏ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਨਾਲ ਦੀ ਨਾਲ ਸੰਬੰਧਿਤ ਧਿਰ ਨਾਲ ਗੱਲ ਕੀਤੀ ਉਹਨਾਂ ਨੇ ਨਾਲ ਦੀ ਨਾਲ ਮਾਫੀ ਮੰਗ ਲਈ ਤੁਸੀਂ ਮੀਡੀਆ 'ਚ ਕੰਮ ਕਰਦੇ ਹੋ ਪੱਤਰਕਾਰ ਹੋ ਮੈਂ ਵੀ ਪੱਤਰਕਾਰ ਹਾਂ ਤੇ ਉਹ ਪੱਤਰਕਾਰ ਨੇ ਵੀ ਖਬਰ ਲਈ ਉਹ ਪੱਤਰਕਾਰ ਨਾਲ ਗੱਲ ਕੀਤੀ ਤੁਸੀਂ ਜੀ ਬਿਲਕੁਲ ਕਈ ਵਾਰੀ ਕੀ ਹੋ ਜਾਂਦਾ ਨਾ ਮੇਰੇ ਮਿੱਤਰ ਹੀ ਸਰਕਲ ਆ ਸਾਰਾ ਇਹ ਸਾਰੇ ਜਦੋਂ ਹੁਣ ਤੁਸੀਂ ਇਸ ਲਾਈਨ 'ਚੋਂ ਸਾਰੇ ਮਿੱਤਰ ਸਰਕਲ ਆ ਤੇ ਕਈ ਵਾਰੀ ਕੀ ਹੁੰਦਾ ਨਾ ਸੁਣਾ ਸੁਣਾਈ ਦੇਖਾ ਦਿਖਾਈ ਇਹੋ ਜਿਹੀ ਗੱਲ ਹੋ ਜਾਂਦੀ ਆ ਪਰ ਜਦੋਂ ਅਸੀਂ ਉਹਨਾਂ ਦੇ ਵੀ ਇਹ ਧਿਆਨ 'ਚ ਲਿਆਂਦਾ ਗੱਲ ਵੀ ਅੰਦਾਜ਼ੇ ਨਾਲ ਆਇਆ ਕਰੋ ਕਿਸੇ ਵੀ ਗੱਲ ਦੀ ਤਹਿ ਤੇ ਜਾਇਆ ਕਰੋ ਮੈਂ ਈਵਨ ਉਦੋਂ ਸਟੇਟਸ ਵੀ ਪਾਇਆ ਵੀ ਜੇ ਮੈਂ ਹੁਣ ਬੈਠਾ ਬਠਿੰਡੇ ਦੀ ਰਿਪੋਰਟਿੰਗ ਕਰਾਂ ਤਾਂ ਉਹ ਚੰਗੀ ਗੱਲ ਨਹੀਂ ਮੇਰੇ ਲਈ ਮੈਂ ਐਡੀਲੇਡ 'ਚ ਬੈਠਾ ਸੋ ਬਠਿੰਡੇ 'ਚ ਮੇਰੇ ਸੱਜਣ ਮਿੱਤਰ ਬੈਠੇ ਮੈਂ ਕਿਉਂ ਨਾ ਉਹਨਾਂ ਤੋਂ ਗੱਲ ਕਰਾਂ ਪਹਿਲਾਂ ਉਹਨਾਂ ਨੂੰ ਕਾਲ ਕਰਾਂ ਪੁੱਛਾਂ ਵੀ ਕੀ ਤਹਿ ਆ ਜਾਓ ਉਹਦੀ ਤਹਿ ਫਰੋੜੋ ਸੋ ਇੱਦਾਂ ਹੋਣੀ ਚਾਹੀਦੀ ਆ ਉਹ ਕਿਤੇ ਨਾ ਮੈਂ ਇੱਕ ਚੀਜ਼ ਨੋਟ ਕੀਤੀ ਵੀ ਉਹ ਨਵੇਂ ਜਿਹੜਾ ਜੋਸ਼ ਉੱਠ ਖੜਿਆ ਜਿਹੜੇ ਨਵੀਂ ਪੱਤਰਕਾਰਤਾ ਦੀ ਲਾਈਨ ਦੇ ਵਿੱਚ ਮੁੰਡੇ ਆ ਰਹੇ ਆ ਸਾਡੇ ਬੜੀ ਸੋਹਣੀ ਗੱਲ ਆ ਇੱਕ ਤਾਂ ਉਹਨਾਂ ਨੇ ਜਰਨਲਿਜ਼ਮ ਨਹੀਂ ਪੜਿਆ ਹੋਇਆ ਮੇਰੇ ਵਰਗੇ ਆ ਉਹ ਸਿੱਧੇ ਚੈੱਕਰ ਬਣੇ ਹੋਏ ਆ ਕੰਡਕਟਰ ਦੀ ਥਾਂ 'ਤੇ ਮੈਂ ਅਕਸਰ ਹੀ ਇਹ ਗੱਲ ਕਹਿਣਾ ਹੁੰਦਾ ਵੀ ਇਹ ਟਿਕਟਾਂ ਕੱਟਣੀਆਂ ਨਹੀਂ ਆਉਂਦੀਆਂ ਤਾਂ ਪਾੜਨੀਆਂ ਤਾਂ ਆਉਂਦੀਆਂ ਨਾ ਤਾਂ ਇਸ ਢੰਗ ਨਾਲ ਹੁਣ ਮੈਨੂੰ ਵੀ ਐਡੀਟਰ ਦਾ ਅਹੁਦਾ ਮਿਲਿਆ ਹੋਇਆ ਪਹਿਲਾਂ ਕਿ ਮੈਂ ਕੋਈ ਜਰਨਲਿਜ਼ਮ ਨਹੀਂ ਕੀਤਾ ਮੈਂ ਇਸ ਲਾਈਨ ਦਾ ਕੋਈ ਬੰਦਾ ਨਹੀਂ ਸੋ ਇਹੋ ਜਿਹੀਆਂ ਟਾਈਮ 'ਚ ਗਲਤੀਆਂ ਹੋ ਜਾਂਦੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਸਿੱਖਣਾ ਚਾਹੀਦਾ ਸਿੱਖ ਕੇ ਇਸ ਲਾਈਨ 'ਚ ਆਉਣਾ ਚਾਹੀਦਾ ਕਿਉਂਕਿ ਇੱਕ ਜ਼ਿੰਮੇਵਾਰੀ ਵਾਲੀ ਲਾਈਨ ਆ ਜੇ ਤੁਸੀਂ ਚੌਥਾ ਥੰਮ ਕਹਿੰਦੇ ਹੋ ਤਾਂ ਥੰਮ ਦੇ ਉੱਤੇ ਤਾਂ ਬਹੁਤ ਭਾਰ ਹੁੰਦਾ ਜੀ ਤੇ ਉਹ ਭਾਰ ਸਹੋਗੇ ਤਾਂ ਹੀ ਜੇ ਤੁਹਾਨੂੰ ਭਾਰ ਸਹਿਣ ਦੇ ਤੁਸੀਂ ਕਾਬਲ ਹੋਵੋਗੇ ਸੋ ਅਣਜਾਣਪਣੇ 'ਚ ਜਾਂ ਤੇਜ਼ੀ 'ਚ ਵੀ ਮੈਂ ਪਹਿਲਾਂ ਕੀਤੀ ਕਿਸੇ ਚੀਜ਼ ਦੀ ਇਹੋ ਜਿਹੀਆਂ ਚੀਜ਼ਾਂ 'ਚ ਕਈ ਵਾਰੀ ਹੋ ਜਾਂਦੀਆਂ ਪਰ ਹਾਂ ਉਹ ਸਾਰੇ ਮੁੰਡੇ ਨੇ ਇਸ ਗੱਲ ਨੂੰ ਰਿਅਲਾਈਜ਼ ਕੀਤਾ ਤੇ ਗੱਲ ਉਹ ਨਿਬੜ ਗਈ ਸੀ ਆਪਾਂ ਬ੍ਰੇਕ ਲੈਂਦੇ ਹਾਂ ਤੇ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਆਪਾਂ ਸਿੱਖ ਖੇਡਾਂ ਬਾਰੇ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਹੋਰ ਅੱਗੇ ਤੱਕ ਕਿਵੇਂ ਲੈ ਕੇ ਜਾਇਆ ਜਾ ਸਕਦਾ ਮੈਨੂੰ ਤਾਂ ਬਹੁਤ ਵਧੀਆ ਗੱਲ ਲੱਗੀ ਤੁਹਾਡੀ ਸੋ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਅਸੀਂ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੁੰਦੇ ਹਾਂ ਮਿੰਟੂ ਬਰਾੜ ਦੇ ਨਾਲ ਸਿੱਖ ਖੇਡਾਂ ਬਾਰੇ ਸਾਡੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸਵਾਗਤ ਹੈ ਮਿੰਟੂ ਬਰਾੜ ਦੇ ਨਾਲ ਗੱਲਬਾਤ ਕਰ ਰਹੇ ਹਾਂ ਆਸਟ੍ਰੇਲੀਆ ਤੋਂ ਆਏ ਹੋਏ ਨੇ ਪੰਜਾਬ ਦੇ ਵਿੱਚ ਅਤੇ ਸਿੱਖ ਖੇਡਾਂ ਦੇ ਜਿਹੜੇ ਸੰਚਾਲਕ ਨੇ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ 'ਚੋਂ ਇੱਕ ਨੇ ਮੋਹਰੀ ਨੇ ਜੋਸ਼ੀਲੇ ਨੌਜਵਾਨ ਨੇ ਮਿੰਟੂ ਜੀ ਪਿਛਲੇ ਸਾਲ 2 ਸਾਲ ਪਹਿਲਾਂ ਕਬੱਡੀ ਦੀ ਟੀਮ ਆਈ ਸੀ ਤੁਹਾਡੇ ਆਸਟ੍ਰੇਲੀਆ ਤੋਂ ਆਈ ਸੀ ਮੈਂ ਤਾਂ ਤੁਹਾਡੀ ਟੀਮ ਹੀ ਕਹਾਂਗਾ ਅਤੇ ਉਹਦੇ 'ਤੇ ਜਿਹੜਾ ਨਸ਼ੇ ਅਤੇ ਡਰੱਗ ਵਰਤਣ ਦਾ ਸਭ ਤੋਂ ਜ਼ਿਆਦਾ ਦੋਸ਼ ਲੱਗੇ ਸੀ ਉਹਦੇ ਬਿਲਕੁਲ ਲੱਗਿਆ ਸੀ ਸੱਚ ਆ ਜੀ ਇਸ ਨੂੰ ਅਸੀਂ ਮੰਨਦੇ ਹਾਂ ਅਤੇ ਇਹ ਗੱਲ ਹੋਈ ਵੀ ਸੀ ਤੇ ਤੁਸੀਂ ਉੱਥੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋ ਜੀ ਜੀ ਤੇ ਤੁਸੀਂ ਖੇਡਾਂ ਕਰਵਾਉਂਦੇ ਹੋ ਤੁਹਾਡੇ ਖਿਡਾਰੀਆਂ ਦਾ ਕੀ ਇਸ ਸੰਬੰਧ ਦੇ ਵਿੱਚ ਕੋਈ ਪ੍ਰਬੰਧ ਹੈ ਜਾਂ ਜਿਹੜੇ ਪ੍ਰਬੰਧਕ ਨੇ ਉਹ ਕਿਸ ਤਰੀਕੇ ਨਾਲ ਇਹ ਚੀਜ਼ ਨੂੰ ਚੈੱਕ ਕਰਦੇ ਨੇ ਡੋਪ ਟੈਸਟ ਦੀ ਗੱਲ ਕਰਨਾ ਜੀ ਬਿਲਕੁਲ ਜੀ ਤੁਸੀਂ ਬੜੀ ਵਧੀਆ ਪੁਆਇੰਟ ਚੱਕਿਆ ਕਿਉਂਕਿ ਇੱਕ ਵਾਰੀ ਕੋਈ ਵੀ ਦਾਗ ਲੱਗ ਜੇ ਤਾਂ ਉਹ ਦਾਗ ਲਾਉਣਾ ਬਹੁਤ ਔਖਾ ਸੋ ਉਹ ਇੱਕ ਦਾਗ ਆਸਟ੍ਰੇਲੀਆ ਦੀ ਟੀਮ ਦੇ ਉੱਤੇ ਲੱਗਿਆ ਸੀ ਜਿਹ 'ਚੋਂ ਕਈ ਪਲੇਅਰਾਂ ਦੀ ਜਿਹੜੀ ਇਹ 'ਚ ਸ਼ਮੂਲੀਅਤ ਪਾਈ ਗਈ ਸੀ ਕਈ ਆਪ ਛੱਡ ਗਏ ਸੀ ਤਾਂ ਉਸ ਤੋਂ ਬਾਅਦ ਜਿਹੜੀ ਉੱਥੇ ਸਾਡੀਆਂ ਨਾ ਕਬੱਡੀ ਦੇ ਮਾਮਲੇ 'ਚ ਬਹੁਤ ਸਾਰੀਆਂ ਔਰਗਨਾਈਜੇਸ਼ਨ ਆ ਜਿਹੜੀਆਂ ਕਿ ਐਕਟਿਵ ਆ ਜਿਨ੍ਹਾਂ 'ਚੋਂ AKF ਵੀ ਕਹਿੰਦੇ ਆ ਜਿਹੜੀ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਆ ਉਹਨਾਂ ਨੇ ਵੀ ਕੁਛ ਨਾ ਕੁਛ ਉਪਰਾਲੇ ਕੀਤੇ ਪਰ ਅਖੀਰ ਜਿਹੜਾ ਇੱਕ ਵੱਡਾ ਉਪਰਾਲਾ ਹੋਣ ਜਾ ਰਿਹਾ ਉਹ ਮੈਂ ਦੱਸਣਾ ਚਾਹੂੰਗਾ ਐਤਕੀ ਸਿੱਖ ਖੇਡਾਂ ਦੇ ਵਿੱਚ ਹੋਣ ਜਾ ਰਿਹਾ ਇਸ ਵਾਰ ਜਿਹੜੀ ਕੌਫ ਸਾਰਵਰ ਜਿਹੜੀ ਬਲਗੂਲੀਆ ਦੀ ਧਰਤੀ ਹੈ ਇਹਨੂੰ ਪੰਜਾਬੀਆਂ ਦਾ ਜਿਹੜਾ ਸਭ ਤੋਂ ਪੁਰਾਣਾ ਗੜ ਮੰਨਿਆ ਜਾਂਦਾ ਤੇ ਪੁਰਾਣੇ ਥਾਂ ਤੇ ਭਾਂਡਾ ਥੰਦਾ ਵੀ ਹੁੰਦਾ ਤੇ ਉਹਨਾਂ ਕੋਲੇ ਪੈਸੇ ਦੀ ਵੀ ਰੇਂਜ ਹੁੰਦਾ ਕਿਉਂਕਿ ਜੇ ਤੁਸੀਂ ਡੋਪ ਟੈਸਟ ਵਾਲੇ ਪਾਸੇ ਜਾਣਾ ਤਾਂ ਟੈਸਟ ਬਹੁਤ ਮਹਿੰਗੇ ਆ ਪਰ ਇਸ ਵਾਰ ਪੁਰਾਣੇ ਪੰਜਾਬੀਆਂ ਦੇ ਹੱਥ 'ਚ ਬਾਗਡੋਰ ਆ ਉਹਨਾਂ ਕੋਲੇ ਬਜਟ ਹੈਗਾ ਉਹਨਾਂ ਦੀ ਫਸਲ ਬਹੁਤ ਸੋਹਣੀ ਹੁੰਦੀ ਆ ਕਿਉਂਕਿ ਲੋਕਲ ਲੋਕ ਪੈਸਾ ਇਕੱਠਾ ਕਰਕੇ ਖੇਡਾਂ ਕਰਾਉਂਦੇ ਆ $1.5 ਲੱਖ ਤੋਂ ਉੱਤੇ ਇਹਨਾਂ ਗੇਮਾਂ ਤੇ ਲੱਗਦਾ ਇਸ ਵਾਰ ਜਿਹੜਾ $20,000 ਜਿਹੜਾ ਬਜਟ ਡੋਪ ਟੈਸਟਿੰਗ ਲਈ ਰੱਖਿਆ ਗਿਆ ਤੇ ਉਹ ਪਹਿਲਾਂ ਸਾਰੇ ਪਲੇਅਰਾਂ ਨੂੰ ਦੱਸਤਾ ਵੀ ਜਿਹਨੇ ਉੱਥੇ ਹਿੱਸਾ ਲੈਣਾ ਚਾਹੇ ਨੈਸ਼ਨਲ ਇੰਟਰ ਨੈਸ਼ਨਲ ਖੇਡਾਂ ਇੰਟਰਨੈਸ਼ਨਲ ਨਹੀਂ ਆਉਣ
ਪਰ ਡੋਪ ਦੇ ਵਿੱਚ ਦੀ ਤੁਹਾਨੂੰ ਗੁਜ਼ਰਨਾ ਪਊਗਾ। ਤਾਂ ਹੁਣ ਪਲੇਅਰਾਂ ਦੇ ਵਿੱਚ ਉਹ ਜਾਗਰਤੀ ਆ ਗਈ ਆ, ਪਰ ਜਿਹੜੀ ਆਸਟ੍ਰੇਲੀਆ ਦੇ ਵਿੱਚ ਪਲੇਅਰਾਂ ਦੀ ਜਿਨ੍ਹਾਂ ਦੀ ਜ਼ਿਆਦਿਆਂ ਦੀ ਗੱਲ ਹੋਈ ਸੀ, ਚਾਹੇ ਉਹ ਬਹਾਨਾ ਸੀ ਜਾਂ ਕੁਛ ਵੀ ਕਹਿ ਲਓ, ਉਹਨੂੰ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀ ਇਹ ਦਵਾਈ ਪਾਬੰਦੀ ਸ਼ੁਦਾ, ਤੇ ਉਹਦੇ ਜਿਹੜੇ ਟੈਸਟ ਦੇ ਵਿੱਚ ਨਿੱਕੀ ਨਿੱਕੀ ਗੱਲ ਆ ਜਾਂਦੀ ਆ ਤੇ ਉਹ ਅਸੀਂ ਕਹਿੰਦੇ ਲੈਣੀ ਬੰਦ ਕਰ ਦਿੱਤੀ ਆ। ਸੋ ਹੋ ਸਕਦਾ ਵੀ ਅਣਜਾਣਪਣੇ ਦੇ ਵਿੱਚ ਹੋਇਆ ਹੋਵੇ ਕੰਮ, ਪਰ ਉਹਨਾਂ ਦੇ ਉੱਤੇ ਚੈੱਕ ਲੱਗ ਗਿਆ ਜੀ, ਹੁਣ ਵੈਰੀਅਰ ਲੱਗ ਗਿਆ। ਹੁਣ ਇਸ ਵਾਰ ਸਿੱਖ ਖੇਡਾਂ ਦੇ ਵਿੱਚ ਕੋਈ ਪਲੇਅਰ ਆਊਗਾ ਉਹਨੂੰ ਡੋਪ ਟੈਸਟ ਵਿੱਚ ਗੁਜ਼ਰਨਾ ਪੈਣਾ। ਵੈਰੀ ਗੁੱਡ ਜੀ, ਬਹੁਤ ਵਧੀਆ ਗੱਲ ਹੈ। ਸਾਡੇ ਪੰਜਾਬ 'ਚ ਵੀ ਇੱਦਾਂ ਹੋਣਾ ਚਾਹੀਦਾ, ਤੇ ਖਾਸ ਕਰਕੇ ਜੇ ਸਾਡੇ ਸਿਆਸੀ ਲੋਕਾਂ ਦਾ ਹੋ ਜਾਏ ਸ਼ੁਰੂ, ਫਿਰ ਤਾਂ ਗੱਲ ਹੀ ਕੀ ਹੈ। ਸਿੱਖ ਖੇਡਾਂ ਦੀ ਗੱਲ ਕਰਦੇ ਹਾਂ ਫਿਰ, ਬਜਟ ਦਾ ਤੁਸੀਂ ਦੱਸ ਹੀ ਦਿੱਤਾ ਕਿ ਇੰਨਾ ਕੁ ਬਜਟ ਹੈਗਾ, ਇਹ ਬਜਟ ਦਾ ਪ੍ਰਬੰਧ ਤੁਸੀਂ ਦੱਸਿਆ ਕਿ ਆਪਸ ਦੇ ਵਿੱਚ ਇਕੱਠਾ ਕਰਕੇ ਕਰਦੇ ਹੋ, ਤੇ ਇਸ ਦਾ ਜਿਹੜਾ ਮੈਨੇਜ ਕਿਵੇਂ ਕਰਦੇ ਹੋ ਸਾਰਿਆਂ ਨੂੰ, ਖਰਚਾ ਕਿੱਥੇ ਕਿੱਥੇ ਕਿੰਨਾ ਕਿੰਨਾ ਆਉਂਦਾ, ਇਨਾਮ ਦੀ ਰਕਮ ਕਿੰਨੀ ਹੁੰਦੀ ਹੈ, ਖਾਣ ਪੀਣ ਤੇ ਕਿੰਨਾ ਲੱਗ ਜਾਂਦਾ, ਇਹ ਸਾਰਾ ਕੁਛ ਇਹਦੇ ਬਾਰੇ ਕੀ ਤੁਹਾਡਾ? ਦੇਖੋ, ਖਾਣ ਪੀਣ ਤਾਂ ਮੈਂ ਸ਼ੁਰੂ ਚ ਵੀ ਗੱਲ ਕੀਤੀ ਵੀ ਗੁਰੂ ਘਰਾਂ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਆ ਉੱਥੇ ਲੰਗਰ ਤਾਂ ਚੱਲਣਾ। ਸੋ ਐਵਰੇਜ ਤਕਰੀਬਨ ਗੁਰੂ ਘਰ ਜਿਹੜੇ ਵੀ ਲੋਕਲ ਹੁੰਦੇ ਆ ਉਹ ਖਾਣ ਪੀਣ ਦਾ ਅਰੇਂਜ ਕਰਦੇ ਆ। ਰਹਿਣ ਸਹਿਣ ਦਾ ਜਿਹੜਾ ਤਾਂ ਦਰਸ਼ਕ ਆਉਂਦਾ ਉਹਨਾਂ ਦਾ ਇੰਤਜ਼ਾਮ ਤਾਂ ਉਹ ਖੁਦ ਕਰਦਾ, ਉਹਦਾ ਆਪਦੇ ਹੋਟਲ 6-6 ਮਹੀਨੇ ਪਹਿਲਾਂ ਬੁੱਕ ਕਰਾ ਲੈਂਦਾ। ਪਰ ਜਿਹੜੇ ਖਿਡਾਰੀ ਆਉਂਦੇ ਆ ਉਹਨਾਂ ਦਾ ਕਾਫੀ ਵੱਡੇ ਪੱਧਰ ਤੇ ਜਿਹੜਾ ਇੰਤਜ਼ਾਮ ਕਮੇਟੀ ਵੱਲੋਂ ਕੀਤਾ ਜਾਂਦਾ, ਉਹਨਾਂ ਦੀ ਰਹਿਣ ਸਹਿਣ, ਉਹਨਾਂ ਦੀ ਜਿਹੜੀ ਉੱਥੋਂ ਜਿਹੜੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖਿਆ ਜਾਂਦਾ। ਉਸ ਤੋਂ ਬਾਅਦ ਜਿਹੜੇ ਖਰਚੇ ਆ ਮੇਨ ਉਹ ਆਉਂਦੇ ਆ, ਜਿਵੇਂ ਹੁਣ ਸਾਡੇ ਉੱਥੇ ਪਹਿਲਾਂ ਕਮੈਂਟਰੀ ਦੀ ਗੱਲ ਕਰੀਏ, ਇਹ ਵੀ ਇੱਕ ਵੱਡੀ ਇੱਕ ਚੇਨ ਹੁੰਦੀ ਆ, ਇਹ ਬਹੁਤ ਵੱਡਾ ਕੰਮ ਹੈ ਜੀ ਕਮੈਂਟਰੀ ਦਾ। ਬਿਲਕੁਲ ਜੀ, ਸਾਡੇ ਉੱਥੇ ਲੋਕਲ ਸਾਡੇ ਕਮੈਂਟੇਟਰ ਸਨ, ਚਰਨਾਮਤ ਸਿੰਘ ਕਾਫੀ ਵਧੀਆ ਕਮੈਂਟਰੀ ਕਰਦੇ ਆ, ਕਾਫੀ ਮਸ਼ਹੂਰ ਨਾਮ ਹੈ ਉਹਨਾਂ ਦਾ ਜੀ, ਬਹੁਤ ਵਧੀਆ ਗੱਲਾਂ ਕਰਦੇ ਆ, ਰਣਜੀਤ ਖੇੜਾ। ਪਰ ਨਾਲ ਨਾਲ ਹੁਣ ਰੀਤ ਹੋਰ ਚੱਲੀ ਹੋਈ ਆ ਵੀ ਲੋਕਲ ਦੇ ਨਾਲ ਬਾਹਰੋਂ ਵੀ ਬੁਲਾਏ ਜਾਂਦੇ ਆ। ਇਸ ਵਾਰ ਮੈਨੂੰ ਪਤਾ ਲੱਗਿਆ ਮੱਖਣ ਵਾਲੀ ਕਾਫੀ ਵੱਡਾ ਨਾਂ, ਉਹਨਾਂ ਨੂੰ ਬੁਲਾਇਆ ਰਿਹਾ ਗਿਆ ਕਮੈਂਟਰੀ ਲਈ। ਸੋ ਇਸ ਕਰਕੇ ਜਿਹੜਾ ਖਰਚਾ ਸਾਰੀ ਮੈਨੇਜਮੈਂਟ ਕਮੇਟੀ ਦੇ ਹੱਥ ਹੇਠ ਹੁੰਦਾ, ਉਹਨਾਂ ਨੇ ਪਹਿਲਾਂ ਲੈਣਾ। ਪਰ ਪਾਰਦਰਸ਼ਤਾ ਬਹੁਤ ਆ, ਇਹ ਗੱਲ ਨਹੀਂ ਕੋਈ ਵੀ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਹੀ ਸਾਰਾ ਕੁਛ ਚੈੱਕ ਕਰ ਸਕਦੇ ਹੋ, ਬਹੁਤ ਵਧੀਆ ਪਾਰਦਰਸ਼ਤਾ ਨਾਲ ਉਹ ਮੈਨੇਜਮੈਂਟ ਕੀਤੀ ਜਾਂਦੀ ਆ। ਨਾਲ ਇਸ ਵਾਰ ਤਾਂ ਇੱਕ ਹੋਰ ਵੱਡੀ ਗੱਲ ਹੋ ਰਹੀ ਆ ਜੀ, ਇਸ ਵਾਰ ਸਾਡੇ ਕਹਿੰਦੀ ਗੋਰਿਆਂ ਨੇ ਥੋੜੀ ਜਿਹੀ ਅਟ੍ਰੈਕਸ਼ਨ ਦਿੱਤੀ ਆ। ਮੈਂ ਪਿੱਛੇ ਜੇ ਇੱਕ ਆਰਟੀਕਲ ਲਿਖਿਆ ਸੀ ਵੀ ਅਣਗੌਲੀਆਂ ਖੇਡਾਂ ਇਹ, ਤਾਂ ਅਸੀਂ ਕੀ ਕੀਤਾ 2011 'ਚ ਮੈਂ ਮੀਡੀਆ ਸਲਾਹਕਾਰ ਦੇ ਤੌਰ ਤੇ ਇਹਨਾਂ ਖੇਡਾਂ ਦਾ ਸੀ, ਤਾਂ ਮੈਨੂੰ ਕੋਸ਼ਿਸ਼ ਸੀ ਮੈਂ ਮੀਡੀਆ ਨੂੰ ਲੈ ਕੇ ਆਵਾਂ ਵੱਧ ਤੋਂ ਵੱਧ ਇੱਥੇ। ਮੈਂ ਗੋਰਿਆਂ ਦੇ ਮੀਡੀਆ ਨਾਲ ਗੱਲ ਕੀਤੀ ਤਾਂ ਇੱਕ ਪ੍ਰੋਬਲਮ ਆਉਂਦੀ ਆ ਵੀ ਈਸਟਰ ਦੇ ਉੱਤੇ ਛੁੱਟੀਆਂ ਆਉਂਦੀਆਂ, ਤੇ ਉਸ ਟਾਈਮ ਗੋਰਿਆਂ ਨੂੰ ਜਾਂ ਤਾਂ 6 ਮਹੀਨੇ ਪਹਿਲਾਂ ਬੁਕਿੰਗ ਕਰਾਈ ਹੋਵੇ ਫਿਰ ਆਉਂਦੇ ਨਹੀਂ, ਉਹ ਆਉਣਾ ਦੀ ਘੋਲ ਕਰਦੇ ਆ। ਇਸ ਵਾਰ ਜਿਹੜਾ ਇੰਗਲਿਸ਼ ਮੀਡੀਆ ਵੀ ਆ ਰਿਹਾ, ਨਾਲ ਨਾਲ ਜਿਹੜਾ ਖੇਤੀ ਏਰੀਆ ਹੋਣ ਕਰਕੇ ਜਿਹੜੀ ਇੰਡਸਟਰੀ ਆ ਗੋਰਿਆਂ ਦੀ, ਜਿਹੜੀ ਕਿ ਖੇਤੀ ਦੇ ਸੰਦ ਵੇਚਦੀ ਆ ਜਾਂ ਖੇਤੀ ਨਾਲ ਸਾਂਝ ਆ, ਜਿਵੇਂ ਆਪਣੇ ਕਿਸਾਨ ਮੇਲਾ ਲੱਗਦਾ ਜੀ, ਐਤਕੀ ਉਹਦੇ ਨਾਲ ਪਹਿਲੀ ਵਾਰ ਹੋ ਰਿਹਾ ਵੀ ਕਿਸਾਨ ਮੇਲੇ ਦਾ ਰੂਪ ਵੀ ਧਾਰੂਗੀ। ਵੈਰੀ ਗੁੱਡ, ਤੇ ਬਹੁਤ ਸਾਰੀਆਂ ਸਟਾਲਾਂ ਆਲਰੇਡੀ ਬੁੱਕ ਹੋ ਚੁੱਕੀਆਂ ਜਿਹਦੇ 'ਚ ਕਿ ਉਹ ਆਪਣੀਆਂ ਮਸ਼ੀਨਰੀ ਦਿਖਾਉਣਗੇ ਤੇ ਨਾਲ ਨਾਲ ਉਹ ਮਾਲੀ ਮਦਦ ਵੀ ਕਰ ਰਹੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਹੌਲੀ ਹੌਲੀ ਤੁਸੀਂ ਕਿਸਾਨ ਮੇਲੇ ਦੇ ਨਾਲ ਨਾਲ ਪਸ਼ੂ ਮੇਲਾ ਵੀ ਉੱਥੇ ਲਾਉਣਾ ਸ਼ੁਰੂ ਕਰ ਦਿਓ, ਸਾਡੀਆਂ ਮਾਲਵੇ ਦੀਆਂ ਮੱਝਾਂ ਨੇ ਜਿਹੜੀਆਂ ਮਸ਼ਹੂਰ ਵਧੀਆ ਉਹਨਾਂ ਦਾ ਵੀ ਉੱਥੇ ਹੋਵੇ। ਅੱਛਾ, ਇਹ ਜਿਹੜਾ ਸਾਰਾ ਪ੍ਰਬੰਧ ਹੈ, ਕਿੰਨੇ ਕੁ ਲੋਕ ਨੇ ਜਿਹੜੇ ਤੁਸੀਂ ਦੱਸਿਆ ਵੀ ਹੈ ਜੁੜੇ ਹੋਏ ਨੇ, ਤੇ ਕੀ ਇੱਛਾ ਕੀ ਹੈ ਇਸ ਨੂੰ ਕਿਸ ਪੱਧਰ ਤੱਕ ਲੈ ਕੇ ਜਾਣਾ? ਦੇਖੋ ਜੀ, ਮੀਡੀਆ ਦੀ ਤੁਸੀਂ ਗੱਲ ਕੀਤੀ ਹੈ, ਮੀਡੀਆ ਵੱਲੋਂ ਅਣਗੌਲੀਆਂ ਰਹੀਆਂ ਨੇ ਖੇਡਾਂ ਜੀ, ਪੱਧਰ ਤਾਂ ਦੇਖੋ ਫੇਰ ਹੀ ਉੱਚਾ ਹੁੰਦਾ ਜੇ ਲੋਕਾਂ ਤੱਕ ਗੱਲ ਜਾਵੇ। ਹੁਣ ਜੇ ਅਸੀਂ ਮੀਡੀਆ ਦੇ ਜ਼ਰੀਏ ਦੁਨੀਆ 'ਚ ਗੱਲ ਲਿਜਾਵਾਂਗੇ ਤਾਂ ਤੁਹਾਡੇ ਵਾਲੀ ਗੱਲ ਆ ਵੀ ਅੰਤਰਰਾਸ਼ਟਰੀ ਖੇਡਾਂ ਵੀ ਉਹ ਬਣ ਚੁੱਕੀਆਂ, ਜੋ 3-4 ਕੰਟਰੀ ਹਿੱਸਾ ਲੈ ਰਹੇ ਆ ਤਾਂ ਇਹਨੂੰ ਆਪਾਂ ਅੰਤਰਰਾਸ਼ਟਰੀ ਕਹਿ ਸਕਦੇ ਹਾਂ। ਪਰ ਜੇ ਇਹ ਅਮੈਰੀਕਾ ਕੈਨੇਡਾ ਤੱਕ ਵੀ ਪਹੁੰਚੇ ਗੱਲ ਤਾਂ ਇਹ ਕਿਉਂ ਨਾ ਅੰਤਰਰਾਸ਼ਟਰੀ ਬਣਨੀ ਆ। ਜਿਹੜੀ ਰਹੀ ਗੱਲ ਹਿੱਸਾ ਲੈਣ ਦੀ, ਹਿੱਸਾ ਲੈਣ ਦੀ ਜੇ ਤਾਂ ਹੁਣ ਦਰਸ਼ਕਾਂ ਦੀ ਗੱਲ ਕਰੀਏ, ਦਰਸ਼ਕਾਂ ਦੀ ਰੁਚੀ ਤਾਂ ਉੱਥੇ ਹੈਗੀ ਆ ਜੀ, ਦਰਸ਼ਕ ਤਾਂ ਬਹਾਨਾ ਭਾਲਦੇ ਆ ਸਾਲ ਤੋਂ ਆਊਟਿੰਗ ਦਾ। ਦੇਖੋ ਕਿੱਡਾ ਵਧੀਆ ਸਿਸਟਮ ਆ ਵੀ ਅਸੀਂ ਹਰ ਸਾਲ ਨਵਾਂ ਸ਼ਹਿਰ ਦੇਖ ਲੈਂਦੇ ਹਾਂ ਕੋਈ ਨਾ ਕੋਈ, ਜਾਂ ਪਿਛਲੇ ਸਾਲ ਮੈਂ ਜਿਹੜੀਆਂ ਮੈਲਬਰਨ ਦੇ ਵਿੱਚ ਸੀ, ਉਦੋਂ ਪਿਛਲੇ ਸਾਲ ਸਿਡਨੀ ਦੇ ਸੀ, ਉਦੋਂ ਪਿਛਲੇ ਸਾਲ ਐਡਲੈਂਡ ਦੇ ਵਿੱਚ ਸੀ, ਤਾਂ ਸਾਡੀ ਇੱਕ ਰੋਟੇਸ਼ਨ ਬਣੀ ਹੋਈ ਆ ਸਾਰੇ ਆਸਟ੍ਰੇਲੀਆ ਦੀ ਵੀ, ਪੰਜਾਬੀ ਟਿਕਟਾਂ ਈਸਟਰ ਦੀਆਂ ਬੁੱਕ ਕਰਾ ਹੀ ਲੈਂਦੇ ਆ ਜਿੱਥੇ ਸਿੱਖ ਖੇਡਾਂ ਹੋਣ, ਤਾਂ ਉਹ ਕਿੰਨੇ ਫਾਇਦੇ ਹੋ ਰਹੇ ਆ ਉਸ ਚੀਜ਼ ਦੇ। ਤੇ ਇਵੇਂ ਜਿਹੜੀ ਮੈਨੇਜਮੈਂਟ ਕਮੇਟੀ ਉਹ ਹਰ ਵਾਰ ਵੱਖਰੀ ਹੁੰਦੀ ਆ, ਇਹ ਉਹ ਡਿਪੈਂਡ ਕਰਦਾ ਵੀ ਕਮੇਟੀ ਕਿੰਨੀ ਕੁ ਵਧੀਆ ਢੰਗ ਨਾਲ ਮੈਨੇਜ ਕਰਦੀ ਆ। ਇੱਕ ਦੋ ਵਾਰੀ ਹੋਈ ਆ ਇਸ ਗੱਲ ਦੀ ਵੀ ਕਮੇਟੀ ਤੋਂ ਮੈਨੇਜਮੈਂਟ ਦੇ ਵਿੱਚ ਕਮੀ ਰਹੀ, ਕਈ ਵਾਰ ਵਨ ਮੈਨ ਸ਼ੋਅ ਵੀ ਹੋਇਆ ਇੱਕ ਦੋ ਵਾਰੀ, ਮੈਨੂੰ ਬੜਾ ਇਸ ਗੱਲ ਦਾ ਵੀ ਆਉਂਦਾ ਵੀ ਕਈ ਵਾਰ ਇੱਕ ਬੰਦਾ ਮੈਨੇਜਮੈਂਟ ਲੈ ਲੈਂਦਾ ਤੇ ਉਸ ਤੋਂ ਬਾਅਦ ਆਪ ਹੀ ਮੂਹਰੇ ਰਹਿ ਕੇ ਸਾਰਾ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਉਹ ਤੁਹਾਨੂੰ ਪਤਾ ਵੀ ਪਾੜ ਪੈਂਦਾ। ਪਰ ਇਸ ਦਾ ਵੀ ਹੱਲ ਜਿਹੜੀ ਨੈਸ਼ਨਲ ਕਮੇਟੀ ਨੇ ਹੁਣ ਜਿਹੜਾ ਕੱਢਿਆ, ਮੈਨੂੰ ਲੱਗਦਾ ਜਿਹੜੀ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਇੱਕ 올림픽 ਕਮੇਟੀ ਬਣਨੀ ਚਾਹੀਦੀ ਹੈ, ਤੇ ਉਹਦਾ ਉਸ ਢੰਗ ਨਾਲ ਇੱਕ ਰਜਿਸਟਰਡ ਫੈਡਰੇਸ਼ਨ ਹੋਵੇ, ਤੇ ਉਹ ਹੈ, ਉਹ ਆਲਰੇਡੀ ਹੈ, ਉਹਦੇ ਮਨਜੀਤ ਬੋਪਾ ਰਹੇ ਪ੍ਰਧਾਨ ਆਣਾ ਇਸ ਟਾਈਮ, ਤੇ ਉਹਦੇ ਚ ਕੀ ਆ ਹੁਣ ਨਵੀਂ ਇੱਕ ਜਿਹੜੀ ਪਾਲਿਸੀ ਲੈ ਕੇ ਆਏ ਆ ਜਿਹੜੀ ਹੁਣ ਦੀ ਕਮੇਟੀ ਆ, ਉਹ ਇਹ ਪਾਲਿਸੀ ਲੈ ਕੇ ਆਈ
ਤੀਜੀਆਂ ਲਈ ਐਡਲੇਡ ਦੀਆਂ ਖੇਡਾਂ ਲਈ ਅਪਰੋਚ ਕੀਤੀ ਜਾਊ ਅਗਲੀਆਂ ਬ੍ਰਿਸਬੇਨ ਦੇ ਵਿੱਚ ਆ ਉਦੋਂ ਅਗਲੀ ਟਰਮ ਆ ਜਿਹੜੀ ਐਡਲੇਡ ਦੀ ਆ ਤਾਂ ਐਡਲੇਡ ਲਈ ਇੱਕ ਸਪੈਸ਼ਲ ਗੱਲ ਇਹ ਕੀਤੀ ਗਈ ਆ ਵੀ ਉੱਥੇ ਜੇ ਮੈਂ ਚਾਹਾਂ ਮੈਂ ਆਪਣਾ ਕਲੱਬ ਲੈ ਕੇ ਉੱਥੇ ਕਰਾਂ ਵੀ ਮੈਨੂੰ ਗੇਮਾਂ ਦਿਓ ਤਾਂ ਦਿੱਤੀਆਂ ਨਹੀਂ ਜਾਣਗੀਆਂ ਉਹਦੇ ਵੀ ਸਾਰੇ ਕਲੱਬ ਇਕੱਠੇ ਹੋ ਕੇ ਆਓ ਫਿਰ ਅਸੀਂ ਗੇਮ ਦੇਵਾਂਗੇ ਤਾਂ ਕਿ ਇਹਨਾਂ 'ਚ ਯੂਨਿਟੀ ਬਣੀ ਰਹੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਖਾਸ ਕਰਕੇ ਨੌਰਥ ਅਮਰੀਕਾ ਦੇ ਦੁਨੀਆ ਭਰ ਦੇ ਦਰਸ਼ਕ ਦੇਖਣਗੇ ਕੋਈ ਬਾਹਰੋਂ ਟੀਮ ਲੈ ਕੇ ਤੁਹਾਡੇ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਆਉਣਾ ਚਾਹੇ ਤਾਂ ਕੀ ਤੁਸੀਂ ਉਸ ਨੂੰ ਕਹੋਗੇ ਦੇਖੋ ਜੀ ਇਸ ਵਾਰ ਦੀਆਂ ਖੇਡਾਂ 'ਚ ਤਾਂ ਥੋੜ੍ਹਾ ਜਿਹਾ ਲੇਟ ਹੋ ਗਏ ਆ ਕਿਉਂਕਿ ਹੁਣ ਵੈਬਸਾਈਟ ਦੇ ਉੱਤੇ ਇੰਟਰੀਆਂ ਤਕਰੀਬਨ ਮੈਨੂੰ ਲੱਗਦਾ ਬੰਦ ਹੀ ਹੋਈਆਂ ਪਰ ਫਿਰ ਵੀ ਚੈੱਕ ਕਰ ਸਕਦੇ ਆ ਕਿਉਂਕਿ ਮੈਨੇਜਮੈਂਟ ਕਮੇਟੀ ਨੂੰ ਟਾਈਮ ਚਾਹੀਦਾ ਜੇ ਤੁਸੀਂ ਬਾਹਰੋਂ ਆਉਣੇ ਆ ਤੁਹਾਨੂੰ ਸਾਂਭਣ ਦਾ ਵੀ ਸਾਨੂੰ ਮਹਿਮਾਨ ਨਵਾਜ਼ੀ ਲਈ ਵੀ ਟਾਈਮ ਚਾਹੀਦਾ ਪਰ ਨੈਕਸਟ ਈਅਰ ਤੋਂ ਜੇ ਤੁਸੀਂ ਆਉਣਾ ਚਾਹੋ ਤਾਂ ਸਾਡੀ ਜਿਹੜੀ ਸਿੱਖ ਗੇਮਸ ਆਸਟ੍ਰੇਲੀਅਨ ਸਿੱਖ ਗੇਮਸ ਦੀ ਵੈਬਸਾਈਟ ਆ ਉਹਦੇ 'ਤੇ ਜਾਓ ਉਹਦੇ 'ਤੇ 6 ਮਹੀਨੇ ਪਹਿਲਾਂ ਐਕਟੀਵਿਟੀ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਤਾਂ ਉੱਥੋਂ ਤੁਸੀਂ ਇੰਟਰੀ ਕਰ ਸਕਦੇ ਹੋ ਅਤੇ ਅਸੀਂ ਤਾਂ ਸਵਾਗਤ ਕਰਾਂਗੇ ਵੀ ਵਿਦੇਸ਼ ਤੋਂ ਆਉਣ ਟੀਮਾਂ ਤਾਂ ਕਿ ਹੋਰ ਇਹਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਇਆ ਜਾ ਸਕੇ ਬਿਲਕੁਲ ਅਤੇ ਇਹਦੇ 'ਚ ਦੇਖੋ ਮੈਂ ਤਾਂ ਇਹ ਨਹੀਂ ਕਹਾਂਗਾ ਕਿ ਜਿਵੇਂ ਇੱਕ ਆਮ ਗੱਲ ਕਰ ਦਿੰਦੇ ਨੇ ਐਂਕਰ ਜਾਂ ਹੋਰ ਕਿ ਜੀ ਐਸ ਜੀ ਪੀ ਸੀ ਕੀ ਕਰ ਰਹੀ ਹੈ ਇਹਦੇ ਲਈ ਜਾਂ ਪੰਥਕ ਸਰਕਾਰ ਕੀ ਕਰ ਰਹੀ ਹੈ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤੁਸੀਂ ਤੁਹਾਡਾ ਆਪਣਾ ਉਪਰਾਲਾ ਅਤੇ ਮੈਨੂੰ ਲੱਗਦਾ ਕਿ ਇੰਨੇ ਹੌਸਲੇ ਤੁਹਾਡੇ ਬੁਲੰਦ ਨੇ ਇੰਨੀ ਇੱਛਾ ਸ਼ਕਤੀ ਤੁਹਾਡੀ ਮਜ਼ਬੂਤ ਹੈ ਕਿ ਤੁਸੀਂ ਅੱਗੇ ਤੱਕ ਇਸ ਨੂੰ ਲਿਜਾ ਸਕਦੇ ਹੋ ਨਿਰਸਾਂ ਤਾਂ ਅੱਗੇ ਤੱਕ ਜਾਣਗੀਆਂ ਬਿਲਕੁਲ ਸ਼ੁਰੂਆਤ ਹੈ ਅਸੀਂ ਤੁਹਾਡੇ ਨਾਲ ਅਤੇ ਇਹ ਜਿਹੜਾ ਉਪਰਾਲਾ ਹੈਗਾ ਇੰਨੇ ਵੱਡੇ ਪੱਧਰ ਦੇ ਉੱਤੇ ਇਹਦੇ 'ਚ ਇੱਕ ਸੰਦੇਸ਼ ਲੁਕਿਆ ਹੁੰਦਾ ਅੰਦਰ ਦੇਖੋ ਸੰਦੇਸ਼ ਤਾਂ ਬਹੁਤ ਸਾਰੇ ਇਹਦੇ ਵਿੱਚ ਲੁਕੇ ਹੋਏ ਪਰ ਪਹਿਲਾਂ ਮੈਂ ਇੱਕ ਆਹ ਗੱਲ ਕਲੀਅਰ ਕਰਨੀ ਚਾਹੂੰਗਾ ਵੀ ਅਸੀਂ ਅਜੇ ਤੱਕ ਅਪਰੋਚ ਨਹੀਂ ਕੀਤੀ ਨਾ ਪੰਜਾਬ ਗਵਰਨਮੈਂਟ ਨੂੰ ਨਾ ਸ਼੍ਰੋਮਣੀ ਕਮੇਟੀ ਨੂੰ ਪਰ ਮੈਨੂੰ ਲੱਗਦਾ ਜੇ ਅਸੀਂ ਅਪਰੋਚ ਕਰੀਏ ਤਾਂ ਉਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਕਿਉਂਕਿ ਆਪਾਂ ਕਈ ਵਾਰੀ ਬਿਨਾਂ ਅਪਰੋਚ ਕਰੇ ਦੋਸ਼ ਲਾ ਦਿੰਦੇ ਹਾਂ ਪਿੱਛੇ ਜੇ ਅਸੀਂ ਕੋਈ ਕਿਤਾਬਾਂ ਲਈ ਅਪਰੋਚ ਕੀਤੀ ਸੀ ਸ਼੍ਰੋਮਣੀ ਕਮੇਟੀ ਨੂੰ ਤਾਂ ਅਸੀਂ ਹੈਰਾਨ ਰਹਿ ਗਏ ਉਹਨਾਂ ਦੀ ਸਾਡੀ ਇੱਕ ਈਮੇਲ ਤੇ ਉਹਨਾਂ ਨੇ ਸਾਨੂੰ 660 ਕਿਤਾਬਾਂ ਦੇ ਪੇਜ ਤੇ ਐਕਸ਼ਨ ਹੁੰਦੇ ਆ ਆਪਾਂ ਜਮਾਂ ਹੀ ਨੈਗੇਟਿਵ ਨਾ ਸੋਚੀਏ ਪਰ ਅਸੀਂ ਹਜੇ ਤੱਕ ਉਹਨਾਂ ਨੂੰ ਅਪਰੋਚ ਨਹੀਂ ਕੀਤੀ ਪਰ ਅਸੀਂ ਆਸਟ੍ਰੇਲੀਅਨ ਗਵਰਨਮੈਂਟ ਨੂੰ ਅਪਰੋਚ ਕੀਤੀ ਆ ਵੇਲੇ ਵੇਲੇ ਸਿਰ ਕਰਦੇ ਹਾਂ ਮਿਨਿਸਟਰ ਆਉਂਦੇ ਆ ਸਾਡੇ ਗੇਮਾਂ ਦੇ ਵਿੱਚ ਤਾਂ ਉਹ ਮਿਨਿਸਟਰਾਂ ਨੂੰ ਅਸੀਂ ਤਕਰੀਬਨ ਹਰ ਵਾਰ $20,000-$30,000 ਦੀ ਜਿਹੜੀ ਹੈਲਪ ਵੀ ਦੇ ਕੇ ਜਾਂਦੇ ਆ ਉਹ ਸੋ ਇਹ ਵੀ ਵਧੀਆ ਚੱਲ ਰਿਹਾ ਤੇ ਜੇ ਸੰਦੇਸ਼ ਦੀ ਗੱਲ ਕਰੀਏ ਤਾਂ ਸੰਦੇਸ਼ ਇਹ ਹੈ ਜੀ ਭਾਈਚਾਰਕ ਸਾਂਝ ਮੈਂ ਤਾਂ ਇਸ ਚੀਜ਼ ਨੂੰ ਮੰਨੂਆਂ ਵੀ ਨਾ ਸਿੱਖ ਖੇਡਾਂ ਸਾਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਵੀ ਉਹ ਇੱਕ ਧਰਮ ਦੀਆਂ ਖੇਡਾਂ ਕਿਉਂਕਿ ਸਿੱਖ ਧਰਮ ਦੀ ਜਿਹੜੀ ਵਿਸ਼ਾਲਤਾ ਅਸੀਂ ਕਹਿ ਸਕਦੇ ਹਾਂ ਸਾਡੇ ਗੁਰੂ ਨੂੰ ਜਗਤ ਗੁਰੂ ਕਿਹਾ ਗਿਆ ਸੋ ਜਗਤ ਦੀਆਂ ਖੇਡਾਂ ਜੀ ਉਹ ਉਹਨਾਂ ਖੇਡਾਂ ਦੇ ਵਿੱਚ ਜਿਹੜੀ ਸਾਂਝੀਵਾਲਤਾ ਤੇ ਭਾਈਵਾਲ ਜਿਹੜੀ ਹੈਗੀ ਉਹਦੀ ਸੰਦੇਸ਼ ਲੁਕਿਆ ਹੋਇਆ ਜਿੰਨੇ ਵੀ ਉੱਥੇ ਲੋਕ ਆਉਂਦੇ ਆ ਤਾਂ ਹੀ ਤਾਂ ਉੱਥੇ ਰਿਸ਼ਤੇ ਗੰਢੇ ਜਾਂਦੇ ਆ ਤੁਸੀਂ ਹੁਣ ਦੇਖੋ ਹਰ ਸਾਲ ਇੱਕ ਰਿਪੋਰਟ ਲੱਗਦੀ ਹੈ ਇੱਕ ਰਿਪੋਰਟ ਆਉਂਦੀ ਹੈ ਸਾਹਮਣੇ ਵੀ ਆਇਤ ਕਿ 20 ਜਾਂ 25 ਪਰਿਵਾਰ ਇੱਕ ਦੂਜੇ ਦੇ ਰਿਸ਼ਤੇਦਾਰ ਬਣੇ ਤਾਂ ਕਿੱਡੀ ਸਾਂਝੀਵਾਲਤਾ ਉਹ ਆ ਰਹੀ ਆ ਕਿਉਂਕਿ ਜਿਹੜਾ ਉੱਥੋਂ ਦਾ ਬੋਰਨ ਬੱਚਾ ਉਹਨੂੰ ਇੱਥੋਂ ਦੇ ਬੱਚੇ ਨਾਲ ਐਡਜਸਟ ਕਰਨਾ ਔਖਾ ਤੇ ਜੋ ਉੱਥੋਂ ਦੇ ਬੋਰਨ ਬੱਚੇ ਇੱਕ ਦੂਜੇ ਨਾਲ ਮਿਲਦੇ ਆ ਤਾਂ ਮਾਪਿਆਂ ਦਾ ਵੀ ਰੂਹ ਖੁਸ਼ ਹੁੰਦੀ ਆ ਵੀ ਸਾਡੇ ਬੱਚੇ ਨੇ ਸਾਡੀ ਕਮਿਊਨਿਟੀ 'ਚ ਸਾਡੇ ਭਾਈਚਾਰੇ 'ਚ ਵਿਆਹ ਸ਼ਾਦੀ ਕੀਤੀ ਨਾ ਕਿ ਕਿਤੇ ਹੋਰ ਤੇ ਦੋਨੇ ਚੀਜ਼ਾਂ ਦੋਨੇ ਖੁਸ਼ ਬੱਚੇ ਵੀ ਖੁਸ਼ ਮਾਪੇ ਵੀ ਖੁਸ਼ ਆਸਟ੍ਰੇਲੀਆ ਦੀ ਜਿਹੜੀ ਧਰਤੀ ਹੈ ਆਸਟ੍ਰੇਲੀਆ ਮੁਲਕ ਆ ਜਿਹੜਾ ਉਹਦੇ ਮੁਕਾਬਲੇ ਜੇ ਭਾਰਤ ਨੂੰ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਖੇਡਾਂ ਨੂੰ ਜ਼ਿਆਦਾ ਪ੍ਰੋਤਸਾਹਨ ਦਿੱਤਾ ਜਾਂਦਾ ਜ਼ਿਆਦਾ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਉੱਥੋਂ ਦੀਆਂ ਟੀਮਾਂ ਜਿਹੜੀਆਂ ਜਦੋਂ ਕੌਮਾਂਤਰੀ ਪੱਧਰ ਦੇ ਉੱਤੇ ਮੁਕਾਬਲੇ ਹੁੰਦੇ ਨੇ ਵਾਹਵਾ ਮੈਡਲ ਜਿੱਤ ਕੇ ਆਉਂਦੀਆਂ ਨੇ ਅਤੇ ਉੱਥੋਂ ਦੇ ਜਿਹੜੇ ਹੁਣ ਪੰਜਾਬੀ ਆਪਣਾ ਡਾਇਸਪੋਰਾ ਹੈ ਉੱਥੇ ਪੰਜਾਬੀ ਆਪਣਾ ਭਾਈਚਾਰਾ ਜਿੰਨਾ ਵੀ ਉਹਨਾਂ ਦੇ ਬੱਚੇ ਕੀ ਉਸੇ ਜਿਹੜਾ ਕਲਚਰ ਆ ਉੱਥੇ ਖੇਡਾਂ ਦਾ ਉਸ ਦੇ ਵਿੱਚ ਪਰਣਾਏ ਹੋਏ ਅੱਗੇ ਨਿਕਲ ਰਹੇ ਨੇ ਜੀ ਬਿਲਕੁਲ ਜਾਂ ਆਪਣੇ ਵਾਂਗੂ ਇੱਥੇ ਹੋ ਗਏ ਆ ਹੁਣ ਨਹੀਂ ਨਹੀਂ ਤੁਸੀਂ ਬਹੁਤ ਵੱਡੀ ਉਦਾਹਰਨ ਸਾਹਮਣੇ ਆ ਜੀ ਗੁਰਿੰਦਰ ਸੰਧੂ ਫਰੀਦਕੋਟ ਦਾ ਜੰਮਪਲ ਮੁੰਡਾ ਤੇ ਸਾਡੀ ਆਸਟ੍ਰੇਲੀਆ ਦੀ ਟੀਮ 'ਚ ਆ ਗਿਆ ਜੀ ਤਾਂ ਉਹ ਇਸੇ ਲਈ ਆ ਗਿਆ ਨਾ ਵੀ ਸਾਡੇ ਬੱਚੇ ਖੇਡ ਰਹੇ ਆ ਸਾਡੇ ਬੱਚੇ ਹਰ ਖੇਡ 'ਚ ਪਾਰਟੀਸਪੇਟ ਕਰ ਰਹੇ ਆ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਦੇਖਣ 'ਚ ਉੱਥੇ ਮਿਲੀ ਆ ਉਹ ਇਹ ਹੈ ਵੀ ਸਰਕਾਰਾਂ ਕੋਲੇ ਬਜਟ ਬਹੁਤ ਆ ਖੇਡਾਂ ਲਈ ਤੇ ਹਰ ਪਿੰਡ ਦੇ ਵਿੱਚ ਮੈਂ ਇੱਕ ਛੋਟੇ ਜਿਹੇ ਟਾਊਨ ਬੈਰੀ 'ਚ ਰਹਿੰਦਾ ਸੀ ਜਿਹਦੀ 5,000 ਆਬਾਦੀ ਆ ਪਰ ਉੱਥੋਂ ਦੀ ਕੁੜੀ ਨੇ ਓਲੰਪਿਕ ਦੇ ਵਿੱਚ ਸਵਿਮਿੰਗ ਦੇ ਵਿੱਚ ਗੋਲਡ ਮੈਡਲ ਜਿੱਤਿਆ ਉੱਥੋਂ ਦਾ ਮੁੰਡਾ ਹਾਕੀ ਦਾ ਕੈਪਟਨ ਰਿਹਾ ਕਿਉਂਕਿ ਉੱਥੇ ਐਸਟ੍ਰੋਟਰਫ ਵੀ ਵਿਛਿਆ ਹੋਇਆ ਇੰਟਰਨੈਸ਼ਨਲ ਪੱਧਰ ਦਾ ਉੱਥੇ ਜਿਹੜਾ ਇੱਕ ਸਵਿਮਿੰਗ ਪੂਲ ਵੀ ਹੈ ਸੋ ਜਦੋਂ ਇਹ ਜਿਹੀਆਂ ਸਹੂਲਤਾਂ ਤੁਹਾਨੂੰ ਮਿਲਣਗੀਆਂ ਇੱਥੇ ਮੈਂ ਤਾਂ ਸੁਣਦਾ ਹੁੰਦਾ ਸੀ ਵੀ ਐਸਟ੍ਰੋਟਰਫ 2 ਜਾਂ 4 ਵਿਛੇ ਸਾਰੇ ਪੰਜਾਬ 'ਚ 5,500 ਦੀ ਆਬਾਦੀ ਵਾਲੇ ਥਾਂ ਤੇ ਵਿਛਿਆ ਤਾਂ ਤੁਹਾਨੂੰ ਕਿਵੇਂ ਨਾ ਉੱਥੇ ਹੋਊਗਾ ਫਿਰ ਸਭ ਤੋਂ ਵੱਡੀ ਗੱਲ ਬੱਚੇ ਨੂੰ ਸਕੂਲ 'ਚ ਦੇਖਿਆ ਜਾਂਦਾ ਵੀ ਬੱਚੇ ਦਾ ਇੰਟਰਸਟ ਕਿੱਥੇ ਆ ਜੇ ਉਹਦਾ ਇੰਟਰਸਟ ਪੜ੍ਹਾਈ 'ਚ ਆ ਤਾਂ ਉਹਨੂੰ ਉੱਧਰ ਪ੍ਰੇਰਿਤ ਕੀਤਾ ਜਾਂਦਾ ਜੇ ਉਹਦਾ ਗੇਮ 'ਚ ਆ ਤਾਂ ਉਹਨੂੰ ਗੇਮ 'ਚ ਪ੍ਰੇਰਿਤ ਕੀਤਾ ਜਾਂਦਾ ਜਿਹੜੀ ਗੇਮ 'ਚ ਉਹਨੂੰ ਹਰ ਉਹਦੀ ਸਹੂਲਤ ਮੁਹੱਈਆ ਕਰਾਈ ਜਾਂਦੀ ਆ ਸਾਡਾ ਇੱਕ ਮੁੰਡਾ ਇੱਥੋਂ ਰਾਏਕੋਟ ਤੋਂ ਸੀ ਕਿਲਾ ਰਾਏਕੋਟ ਤੋਂ ਛੋਟੀ ਜਿਹੀ ਉਮਰ ਤੋਂ ਇੱਥੋਂ ਸਟੂਡੈਂਟ ਦੇ ਤੌਰ 'ਤੇ ਗਿਆ ਸੀ ਸਰਕਾਰ ਨੇ ਉਹਨੂੰ ਆਊਟ ਆਫ ਦਾ ਬੇ ਜਾ ਕੇ ਪੀਆਰ ਦਿੱਤੀ ਸਿਰਫ ਇਸ ਲਈ ਵੀ ਉਹਦੀ ਗੇਮ ਕ੍ਰਿਕਟ ਬਹੁਤ ਵਧੀਆ ਸੀ ਤੇ ਉਹਨਾਂ ਉਹਨੂੰ ਈਵਨ ਲਾਰਡਸ ਦੇ ਵਿੱਚ ਵੀ ਉਹ ਖੇਡ ਕੇ ਆਇਆ ਹੁਣ ਸਾਡੇ ਇੱਕ ਕਲੱਬ ਲਈ ਉਹ ਇਹ ਨਹੀਂ ਹੈ ਉੱਥੇ ਨਾ
ਸਾਡੇ ਦਰਸ਼ਕਾਂ ਲਈ ਕੋਈ ਮਿੰਟੂ ਜੀ ਤੁਸੀਂ ਸੁਨੇਹਾ ਦੇਣਾ ਚਾਹੋ? ਵੈਸੇ ਤਾਂ ਮੈਂ ਗੱਲਾਂ ਬਹੁਤ ਕਰਨੀਆਂ ਚਾਹੁੰਦਾ ਸੀ, ਤੁਸੀਂ ਬਹੁਤ ਪੱਖੀ ਇੱਕ ਇਨਸਾਨ ਹੋ, ਖਾਸ ਕਰਕੇ ਪੱਤਰਕਾਰੀ ਦੇ ਵਿੱਚ ਤੁਸੀਂ ਕਿਤਾਬਾਂ ਲਿਖੀਆਂ ਨੇ, ਤੁਸੀਂ ਰੇਡੀਓ ਚਲਾ ਰਹੇ ਹੋ, ਅਖਬਾਰ ਚਲਾ ਰਹੇ ਹੋ, ਉਹਨਾਂ ਬਾਰੇ ਗੱਲਬਾਤ ਆਪਾਂ ਫੇਰ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਡੇ ਦਰਸ਼ਕਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ ਸਿੱਖ ਖੇਡਾਂ ਬਾਰੇ? ਸਿੱਖ ਖੇਡਾਂ ਬਾਰੇ ਇਹ ਸੁਨੇਹਾ ਦੇਣਾ ਚਾਹੂੰਗਾ ਜੀ ਵੀ ਅੱਜ ਦਾ ਜਿਹੜਾ ਅਸੀਂ ਐਪੀਸੋਡ ਸਿਰਫ ਅਤੇ ਸਿਰਫ ਇਸੇ ਲਈ ਸਿੱਖ ਖੇਡਾਂ 'ਤੇ ਕੀਤਾ ਤਾਂ ਕਿ ਇਹ ਅਣਗੌਲੀਆਂ ਸਨ, ਇਹਨਾਂ ਨੂੰ ਅਣਗੌਲੀਆਂ ਨਾ ਰਹਿਣ, ਲੋਕਾਂ ਤੱਕ ਇਹ ਪਹੁੰਚਣ। ਜੇ ਪਹੁੰਚਣੀਆਂ ਤਾਂ ਮੈਨੂੰ ਉਮੀਦ ਆ ਵੀ ਛੇਤੀ ਅੰਤਰਰਾਸ਼ਟਰੀ ਪੱਧਰ 'ਤੇ ਦੁਨੀਆਂ ਨੂੰ ਦਿਖਾ ਦੇਣੀਆਂ ਵੀ ਕਿਹੋ ਜਿਹੀਆਂ ਖੇਡਾਂ ਵੀ ਸਾਡੇ ਭਾਈਚਾਰੇ ਵੱਲੋਂ ਕਰਾਈਆਂ ਜਾ ਰਹੀਆਂ, ਜਿਨ੍ਹਾਂ ਦੇ ਪਿਛਲੀ ਹਿਸਟਰੀ ਆ ਜਾਂ ਜਿਹੜੀਆਂ ਕਿ ਅੱਗੇ ਕੁਛ ਕਾਰ ਗੁਜ਼ਰਨਾ ਚਾਹੁੰਦੀਆਂ। ਸੋ ਇਸੇ ਲਈ ਅਸੀਂ ਅੱਜ ਇਹ ਕੀਤੀ ਆ। ਪਰ ਮੈਂ ਇੱਕ ਨਾਲ ਬੇਨਤੀ ਇਹ ਵੀ ਕਰਨੀ ਚਾਹੂੰਗਾ ਵੀ ਕਈ ਵਾਰੀ ਨਾ ਅਸੀਂ ਅੰਦਾਜ਼ੇ ਬਹੁਤ ਲਾਉਂਦੇ ਹਾਂ, ਸਾਨੂੰ ਅੰਦਾਜ਼ਿਆਂ ਦੀ ਜ਼ਿੰਦਗੀ 'ਚੋਂ ਨਿਕਲ ਜਾਣਾ ਚਾਹੀਦਾ। ਅੱਜ ਤਾਂ ਅੰਦਾਜ਼ਾ ਲਾਉਣ ਦੀ ਲੋੜ ਵੀ ਨਹੀਂ ਕਿਉਂਕਿ ਇੰਟਰਨੈਟ ਦਾ ਯੁੱਗ ਆ। ਮੈਂ ਤਾਂ ਕਹਿਣਾ ਹੁੰਦਾ ਵੀ ਗੂਗਲ ਮਾਤਾ ਦੀ ਜੈ, ਇਹੋ ਜਿਹੀ ਪੁੱਛ ਕੱਢਦੀ ਹੈ ਜੀ ਉਹ, ਜੇ ਜੀ ਪੁੱਛ ਅੱਜ ਤੱਕ ਕਿਸੇ ਮਾਤਾ ਨੇ ਨਹੀਂ ਕੱਢੀ ਹੋਣੀ। ਅਤੇ ਜੇ ਤੁਹਾਨੂੰ ਕਿਸੇ ਜੀ ਵੱਲ ਦਾ ਸ਼ੰਕਾ ਲੱਗੇ, ਕੋਈ ਵੀ ਚੀਜ਼ ਲੱਗੇ, ਤਾਂ ਤੁਸੀਂ ਗੂਗਲ ਕਰ ਸਕਦੇ ਹੋ। ਇੰਟਰਨੈਟ ਦੇ ਉੱਤੇ ਕਦੇ ਝੂਠ ਨਹੀਂ ਹੁੰਦਾ, ਸੱਚ ਸਾਹਮਣੇ ਆ ਜਾਂਦਾ। ਦੋ ਝੂਠ ਪਾਏ ਹੋਣਗੇ, ਤਿੰਨ ਅਖੀਰ ਸੱਚ ਸਾਹਮਣੇ ਆਊਗਾ। ਸੋ ਅੰਦਾਜ਼ੇ ਨਾ ਲਾਓ, ਸਿੱਖ ਖੇਡਾਂ ਬਾਰੇ ਕਿਤੇ ਆ ਕੇ ਦੇਖੋ, ਤੁਹਾਡਾ ਵੈਲਕਮ ਆ। ਤੁਸੀਂ ਸਾਰੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੈਂ ਕਹਿਣਾ ਚਾਹੂੰਗਾ ਵੀ ਜਦੋਂ ਵੀ ਕਿਤੇ ਤੁਸੀਂ ਆਉਣਾ ਚਾਹੋ ਤਾਂ ਇੰਟਰਨੈਟ ਤੋਂ ਸਾਡੇ ਕੰਟੈਕਟ ਲੱਭ ਕੇ ਤੁਸੀਂ ਇੱਕ ਕਾਲ ਕਰਿਓ, ਅਸੀਂ ਤੁਹਾਡੇ ਸਵਾਗਤ ਲਈ ਖੜ੍ਹੇ ਹੋਵਾਂਗੇ। ਸੋ ਇਸੇ ਇੰਤਜ਼ਾਰ ਦੇ ਇੰਤਜ਼ਾਰ ਕਰਦੇ ਹੋਏ ਅਸੀਂ ਦੇਖਦੇ ਹਾਂ ਵੀ ਅਗਲੀ ਜਿਹੜੀਆਂ ਗੇਮਾਂ 'ਚ ਇਸ ਮੇਰੀ ਅਪੀਲ ਦਾ ਕਿੰਨਾ ਅਸਰ ਹੁੰਦਾ ਅਤੇ ਅਗਲੀਆਂ ਗੇਮਾਂ 'ਚ ਕਿੰਨੇ ਕੁ ਲੋਕ ਇੰਟਰਨੈਸ਼ਨਲ ਪੱਧਰ 'ਤੇ ਆਉਂਦੇ ਆ। ਜ਼ਰੂਰ ਆਉਣਗੇ ਜੀ, ਜ਼ਰੂਰ ਆਉਣਗੇ। ਬਹੁਤ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਜ਼ਾ ਆਇਆ, ਚੰਗਾ ਲੱਗਾ। ਅਤੇ ਇਸ ਤੋਂ ਬਾਅਦ ਆਪਾਂ ਚਾਹ ਦਾ ਕੱਪ ਕੱਪ ਪੀਵਾਂਗੇ। ਅਤੇ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਮਿੰਟੂ ਰਾੜ ਦੇ ਨਾਲ ਅਸੀਂ ਗੱਲਬਾਤ ਕੀਤੀ, ਸਿੱਖ ਖੇਡਾਂ ਬਾਰੇ ਗੱਲਬਾਤ ਕੀਤੀ, ਸੱਦਾ ਦਿੱਤਾ ਤੁਹਾਨੂੰ, ਸਾਰਿਆਂ ਨੂੰ ਸੱਦਾ ਦਿੱਤਾ। ਅਤੇ ਅਸੀਂ ਵੀ ਜਾਣ ਦੀ ਕੋਸ਼ਿਸ਼ ਕਰਾਂਗੇ, ਸਿੱਖ ਖੇਡਾਂ ਦੇਖਾਂਗੇ। ਅਤੇ ਅੱਜ ਦਾ ਅਸੀਂ ਟਾਕਿੰਗ ਪੰਜਾਬ ਸ਼ੋਅ ਆ ਜਿਹੜਾ ਇੱਥੇ ਖਤਮ ਕਰਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਦੇਖਦੇ ਰਹੋ ਜਸ ਬ੍ਰੌਡਕਾਸਟਿੰਗ।